Press the bell icon and never miss a video from Daily Awaaz. डेली वाज वेख रहे सारे दोस्तों का मैं बिट्टू चकवाला बहुत बहुत स्वागत करदा। अज्ज दे इस प्रोग्राम दे विच दोस्तों असीं तुहाडे लई एक बहुत खास विशा लेके आए हाँ। जिवें अक्सर गल करदे हुंदे आ कि फलाने बंदे नूं भूत दिसदी है, फलाने बंदे ने बाबे तो झाड़ा करवाया ते फलाने बंदे ने बाबे दे करन दे नाल उहदी पौण चली गई है। ये झाड़ा की हुंदा, भूतां किवें दिसदियां ने ते किवें जिहड़ा बंदा इन्हां चीज़ां दे विच जकड़िया जांदा, किवें बाबे जिहड़ा अपना छप्पा इन्हां लोकां दे उपर पाउंदे ने, लोकां दी मनोदशा नूं किवें उह अपने हिसाब नाल जकड़ के रखदे ने, किवें लोकां दी आर्थिक मानसिक ते शरीरक जिहड़ी लुट खसुट आ ਉਹ ਇਹਨਾਂ ਬਾਬਿਆਂ ਦੁਆਰਾ ਕੀਤੀ ਜਾਂਦੀ ਹੈ। ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨ ਦੇ ਲਈ ਸਾਡੇ ਨਾਲ ਤਰਕਸ਼ੀਲ ਸੁਸਾਇਟੀ ਦੇ ਸੂਬਾਈ ਪ੍ਰਧਾਨ ਨੇ, ਜਿੱਥੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤਰਕਸ਼ੀਲ ਸੁਸਾਇਟੀ ਦੇ ਵਿੱਚ, ਮਾਸਟਰ ਰਜਿੰਦਰ ਭਦੌੜ ਜੀ। ਅਕਸਰ ਹੀ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਸਮਾਜ ਦੇ ਵਿੱਚ ਜਿਹੜੇ ਹੋ ਰਹੇ ਵਹਿਮਾਂ ਭਰਮਾਂ ਦੀ, ਸਮਾਜ ਦੇ ਵਿੱਚ ਪਨਪ ਰਹੀਆਂ ਕੁਰੀਤੀਆਂ ਦੀ ਜਾਂ ਸਮਾਜ ਦੇ ਵਿੱਚ ਜਿਹੜੀਆਂ ਪੈਦਾ ਹੋ ਰਹੀਆਂ ਦਿਨੇ ਦਿਸਣ ਵਾਲੀਆਂ ਭੂਤਾਂ ਦੀ, ਤਾਂ ਉਹ ਅਕਸਰ ਹੀ ਇਹਨਾਂ ਚੀਜ਼ਾਂ ਨੂੰ ਦੂਰ ਭਜਾਉਂਦੇ ਨਜ਼ਰ ਆਉਂਦੇ ਨੇ। ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ ਬਿੱਟੂ ਜੀ, ਤੁਹਾਡਾ ਵੀ ਅਤੇ ਪੂਰੀ ਸਾਰੀ ਟੀਮ ਦਾ, ਡੇਲੀ ਆਵਾਜ਼ ਵਾਲੀ ਜਿਹੜੀ ਇਸ ਵੇਲੇ ਮੈਨੂੰ ਇੰਨੇ ਹਜ਼ਾਰਾਂ ਲੱਖਾਂ ਦਰਸ਼ਕਾਂ ਦੇ ਰੂਬਰੂ ਕਰ ਰਹੀ ਹੈ, ਬਹੁਤ ਧੰਨਵਾਦ। ਦੋਸਤੋ ਤੁਸੀਂ ਵੇਖ ਹੀ ਰਹੇ ਹੋਵੋਗੇ ਕਿ ਅਸੀਂ ਬੈਠੇ ਵੀ ਤਕਰੀਬਨ ਇੱਦਾਂ ਦੇ ਮਾਹੌਲ ਦੇ ਵਿੱਚ ਹਾਂ ਜਿਵੇਂ ਕੋਈ ਭੂਤਵਾੜਾ ਹੋਵੇ ਅਤੇ ਬੜਾ ਇੱਕ ਡਰਾਵਣਾ ਜਿਹਾ ਮਾਹੌਲ ਆ ਇਸ ਫਰੇਮ ਦੇ ਵਿੱਚ ਤੁਹਾਨੂੰ ਖਾਸ ਕਰਕੇ ਵੇਖਣ ਨੂੰ ਮਿਲੇਗਾ। ਮਾਸਟਰ ਜੀ, ਸਭ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਜਿਹੜੀ ਉਹ ਇਸ ਸਵਾਲਾਂ ਦੀ ਲੜੀ ਦੇ ਵਿੱਚੋਂ ਪਹਿਲਾ ਸਵਾਲ ਹੀ ਕਰੂੰਗਾ ਜੀ, ਭੂਤ ਆਖਰ ਹੁੰਦੇ ਕੀ ਨੇ? ਭੂਤ ਜਿੱਦਾਂ ਤਰਕਸ਼ੀਲ ਸੁਸਾਇਟੀ ਵੱਲੋਂ ਤੁਸੀਂ ਜਾਣਨਾ ਚਾਹੋਗੇ ਵੀ ਭੂਤ ਕੀ ਹੁੰਦੇ ਨੇ, ਤਾਂ ਉਹ ਇਹ ਹੈ ਕਿ ਭੂਤ ਦੀ ਕੋਈ ਹੋਂਦ ਨਹੀਂ ਹੁੰਦੀ। ਅਗਲੀ ਗੱਲ ਆ ਜਾਂਦੀ ਹੈ ਕਿ ਸਮਾਜ ਲਈ ਭੂਤ ਕੀ ਹੁੰਦੇ ਨੇ। ਜੀ ਜੀ, ਸਮਾਜ ਲਈ ਤਾਂ ਇਹ ਹੁੰਦਾ ਕਿ ਜੇ ਕੋਈ ਮਰ ਗਿਆ, ਜੋ ਉਹਨਾਂ ਦੇ ਪੁਰਾਣੇ ਪੁਰਾਤਨ ਵਿਚਾਰ ਬਣੇ ਹੋਏ ਆ ਉਹਨਾਂ ਦੇ ਮਨਾਂ 'ਚ ਵੀ ਉਹਦੇ 'ਚੋਂ ਆਤਮਾ ਹੁੰਦੀ ਆ, ਆਤਮਾ ਨਿਕਲ ਜਾਂਦੀ ਆ, ਧਰਮਰਾਜ ਕੋਲ ਜਾਂਦੀ ਆ, ਕਈਆਂ ਦੀ ਗਤੀ ਹੋ ਜਾਂਦੀ ਹੈ, ਕਈਆਂ ਦੀ ਗਤੀ ਨਹੀਂ ਹੁੰਦੀ। ਜਿਹਦੀ ਗਤੀ ਨਹੀਂ ਹੁੰਦੀ ਉਹ ਭਟਕਦੀ ਰਹਿੰਦੀ ਆ, ਉਹ ਭਟਕਦੀ ਆਤਮਾ ਜਿਹੜੀ ਉਹ ਭੂਤ ਬਣ ਜਾਂਦੀ ਹੈ ਅਤੇ ਉਹ ਲੋਕਾਂ ਨੂੰ ਚਿੰਬੜ ਜਾਂਦੀ ਆ। ਉਹ ਕਦੇ ਕਿਸੇ ਘਰੇ ਵੜ ਜਾਂਦੀ ਆ, ਉਹਨਾਂ ਨੇ ਇਲਾਜ ਕਰਾ ਲਿਆ, ਉਹ ਦੂਜੇ ਘਰੇ ਚਲੇਗੀ, ਦੂਜੇ ਨੇ ਕਰਾ ਲਿਆ, ਤੀਜੇ ਘਰੇ ਚਲੇਗੀ। ਲੋਕਾਂ ਵਾਸਤੇ ਭੂਤ ਦਾ ਸੰਕਲਪ, ਉਹ ਜਿਵੇਂ ਬਿੱਲੀ ਨਹੀਂ ਨਾ ਆਪਣੇ ਬੱਚਿਆਂ ਨੂੰ ਸੱਤ ਰੇਲੀਆਂ ਟਪਾਉਂਦੀ ਹੁੰਦੀ ਹੈ, ਭੂਤ ਬੜੀ ਕੰਧਾਂ ਟੱਪਦੀ ਆ। ਫਿਰ ਭੂਤ ਕੰਧਾਂ ਟੱਪਦੀ ਆ ਕਹਿ ਲਓ ਜੀ, ਜਾਂ ਉਹਦੇ ਬਹੁਤ ਸਾਰੇ ਕਾਰਨ ਨੇ ਕਿ ਭੂਤ ਕੰਧਾਂ ਕਿਉਂ ਟੱਪਦੀ ਆ। ਕਿਉਂਕਿ ਇੱਕ ਤਾਂ ਜਿਹੜੀ ਗੱਲ ਧਾਰਨਾ ਪਈ ਹੁੰਦੀ ਆ, ਜਿੱਥੇ ਵੀ ਕਿਤੇ ਕੋਈ ਸਮੱਸਿਆ ਆਉਂਦੀ ਆ, ਜਿਵੇਂ ਆਪਾਂ ਤਰਕਸ਼ੀਲ ਨਜ਼ਰੀਏ ਤੋਂ ਗੱਲ ਕਰਾਂਗੇ, ਜਿੱਥੇ ਵੀ ਕੋਈ ਸਮੱਸਿਆ ਆਉਂਦੀ ਆ, ਮਨ ਖੰਡਾ ਦਾ ਸ਼ਿਕਾਰ ਹੁੰਦਾ, ਮਨ 'ਤੇ ਬੋਝ ਪੈਂਦਾ, ਤਾਂ ਫਿਰ ਜਿਹੜਾ ਸਾਡਾ ਸਬਕੌਨਸ਼ੀਅਸ ਮਾਈਂਡ ਆ, ਅਰਧ ਚੇਤਨ ਮਨ ਹੈ, ਉਹ ਉਸ ਸਮੱਸਿਆ 'ਚੋਂ ਨਿਕਲਣ ਦਾ ਰਾਹ ਲੱਭਦਾ। ਰਾਹ ਕੋਈ ਲੱਭਦਾ ਨਹੀਂ ਪਿਆ ਉਹਨੂੰ, ਜਿਹੜਾ ਸਿੱਧੇ ਢੰਗ ਨਾਲ ਲੱਭਦਾ ਨਹੀਂ ਪਿਆ, ਤਾਂ ਫਿਰ ਉਹਨੂੰ ਕੀ ਹੁੰਦਾ, ਉਹਨੂੰ ਲੱਗਦਾ ਵੀ ਕੋਈ ਗੱਲ ਐਂ ਸੁਣੀ ਨਹੀਂ ਜਾਂਦੀ, ਇਹੋ ਜਿਹੀ ਗੱਲ ਫਲਾਣੇ ਪਿੰਡ 'ਚ ਫਲਾਣੇ ਥਾਂ ਉਹਨਾਂ ਦੇ ਵੀ ਹੋਈ ਸੀ, ਅਤੇ ਉਹਨਾਂ ਦੇ ਐਂ ਸੀ ਵੀ ਫਿਰ ਕਸਰ ਹੁੰਦੀ ਸੀ, ਉਹਦੇ 'ਚ ਸਿਰ ਵੀ ਘੁੱਕਦਾ ਹੋ ਸਕਦਾ, ਉਹ 'ਚ ਕੋਈ ਮਰਿਆ ਬੋਲਦਾ ਵੀ ਹੋ ਸਕਦਾ, ਜੇ ਦੰਦਲ ਦੌਰਾ ਵੀ ਪੈ ਕੇ ਡਿੱਗਦਾ ਬੇਹੋਸ਼ ਵੀ ਹੋ ਸਕਦਾ, ਘੁੰਡ ਵੀ ਮੁੜ ਸਕਦੇ ਆ, ਜੀਭ ਵੀ ਬਾਹਰ ਨਿਕਲ ਸਕਦੀ ਆ, ਅੱਖਾਂ ਵੀ, ਜਿਹੋ ਜਿਹਾ ਕੁਛ ਸੁਣਿਆ ਦੇਖਿਆ ਹੁੰਦਾ, ਉਹੋ ਜਿਹੇ ਚਿੰਨ੍ਹ ਆ ਜਿਹੜੇ ਉਹਦੇ 'ਚ ਪੈਦਾ ਹੋ ਜਾਂਦੇ ਆ, ਅਤੇ ਉਹ ਫਿਰ ਆਲੇ ਦੁਆਲੇ ਵੇਖਣ ਵਾਲਿਆਂ ਨੂੰ ਲੱਗਦਾ ਕਿ ਇਹ ਭੂਤ ਇਹਦੇ 'ਚ ਆ ਗਿਆ, ਅਤੇ ਕਈ ਵਾਰ ਇਹ ਵੀ ਹੁੰਦਾ ਵੀ ਇਹ ਬਿਲਕੁਲ ਉਹ ਫਲਾਣਿਆਂ ਦਾ ਜਿਹੜਾ ਉਹ ਕਰਦਾ ਸੀ ਇਹ ਉਵੇਂ ਹੀ ਕਰਦਾ, ਅਤੇ ਇਹ ਭੂਤ ਵੀ ਉਹਨਾਂ ਵਾਲਾ ਹੀ ਆ, ਉਹ ਵੀ ਕਿਉਂ ਆ ਗਿਆ, ਉਹਨਾਂ ਨੇ ਤਾਂ ਫਿਰ ਸਾਹ ਸਦਕੇ ਆਪਦਾ ਇਲਾਜ ਕਰਾ ਲਿਆ ਸੀ, ਉਹਨੂੰ ਜਦੋਂ ਉੱਥੋਂ ਕੱਢਦਾ ਉਹਨੇ ਕਿਸੇ ਦੇ ਤਾਂ ਜਾਣਾ ਸੀ, ਫਿਰ ਹੁਣ ਆਪਣੇ ਆ ਗਿਆ। ਭਦੌੜ ਸਾਹਿਬ, ਇੱਥੇ ਜਿਹੜੀ ਇੱਕ ਗੱਲ ਮੇਰੇ ਮਨ ਦੇ ਵਿੱਚ ਆ ਰਹੀ ਹੈ ਕਿ ਆਮ ਆਪਾਂ ਗੱਲਾਂ ਪਿੰਡਾਂ ਦੇ ਹਿਸਾਬ ਨਾਲ ਹੀ ਕਰਾਂਗੇ ਜਿਵੇਂ ਲੋਕਾਂ ਦੇ ਵਿੱਚ ਵਾਪਰਦਾ ਜੀ, ਕਈ ਲੋਕ ਕਹਿੰਦੇ ਹੁੰਦੇ ਆ ਕਿ ਸਾਡੇ ਜਿਹੜੇ ਨੌਜਵਾਨ ਦੇ ਵਿੱਚ ਭੂਤ ਆ ਗਈ ਸੀ ਜਾਂ ਮੁਟਿਆਰ ਦੇ ਵਿੱਚ ਆ ਗਈ ਸੀ, ਮੁੰਡੇ ਜਾਂ ਕੁੜੀ ਦੀ ਗੱਲ ਹੁੰਦੀ ਹੈ ਜਦੋਂ, ਖਾਸ ਕਰਕੇ ਔਰਤਾਂ ਦੇ ਵਿੱਚ ਇਹ ਲੱਛਣ ਆ ਜਿਹੜੇ ਜ਼ਿਆਦਾ ਦੇਖਣ ਨੂੰ ਮਿਲਦੇ, ਇਹਦਾ ਕੀ ਕਾਰਨ? ਕਾਰਨ ਦੇਖੋ, ਜਮ੍ਹਾਂ ਸਿੱਧੇ ਸ਼ਬਦਾਂ 'ਚ ਇਹ ਹੈ ਵੀ ਸਾਡਾ ਜਿਹੜਾ ਸਮਾਜਿਕ ਢਾਂਚਾ ਉਹ ਮਰਦ ਪ੍ਰਧਾਨ ਸਮਾਜ ਜੀ ਜੀ, ਵਿਆਹ ਵਾਲਾ ਮਸਲਾ ਲੈ ਲਓ ਕਿ ਇੱਕ ਔਰਤ ਨੂੰ ਹੀ ਮਰਦ ਦੇ ਘਰ ਵਿਆਹ ਕੇ ਜਾਣਾ ਪੈਂਦਾ। ਬਿਲਕੁਲ, ਇੱਕ ਔਰਤ ਦੀਆਂ ਆਪਦੀਆਂ ਜਿਹੜੀਆਂ ਸਮੱਸਿਆਵਾਂ ਲੋੜਾਂ ਨੇਗੀਆਂ ਉਹਦੇ ਪੇਕੇ ਪਰਿਵਾਰ 'ਚ ਮੁਕਾਬਲਤਨ ਸਹੁਰੇ ਪਰਿਵਾਰ ਨਾਲੋਂ ਵੱਧ ਸੁਣੀਆਂ ਜਾਂਦੀਆਂ, ਪਰ ਉੱਥੇ ਵੀ ਵਿਤਕਰਾ ਹੁੰਦਾ ਕਿ ਭਰਾ ਨਾਲੋਂ ਭੈਣ ਦੀਆਂ ਲੋੜਾਂ ਘੱਟ ਪੂਰੀਆਂ ਕੀਤੀਆਂ ਜਾਂਦੀਆਂ, ਜਾਣੀ ਜੇ ਤਾਂ ਇੱਕ ਵਿਆਹ ਤੋਂ ਪਹਿਲਾਂ ਕੋਈ
ਭੂਤ ਚਿੰਬੜਦਾ ਕਹਿ ਲਾ, ਦੰਦਲ ਦੌਰਾ ਕੁਛ ਵੀ ਹੁੰਦਾ ਇਹੋ ਜਿਹਾ, ਤਾਂ ਉੱਥੇ ਕੀ ਹੈ ਕਿ ਉਹ ਵਿਤਕਰਾ ਵੀ ਪਿਆ। ਬਿਲਕੁਲ। ਅੱਛਾ, ਉਦੋਂ ਕਹਾਂ ਜਾ ਕੇ ਜਦੋਂ ਉਹ ਵਿਆਹ ਹੋ ਜਾਂਦਾ, ਸਹੁਰੇ ਪਰਿਵਾਰ ਚਲੀ ਜਾਂਦੀ ਹੈ, ਤਾਂ ਸਾਡੇ ਇੱਕ ਸੱਭਿਆਚਾਰ ਦੇ ਵਿੱਚ ਗੱਲ ਬਣੀ ਪਈ ਹੈ ਕਿ ਜਦੋਂ ਵਿਆਹ ਲਿਆ ਤਾਂ ਉਸ ਤੋਂ ਬਾਅਦ ਤਾਂ ਫਿਰ ਉਹ ਮੁਫਤ ਵਾਲਾ ਨੌਕਰ ਹੁੰਦਾ, ਨਾ ਕੰਮ ਤੋਂ ਜਵਾਬ ਦੇ ਸਕਦਾ, ਨਾ ਛੱਡ ਸਕਦਾ, ਨਾ ਭੱਜ ਸਕਦਾ, ਕੁਛ ਨਹੀਂ ਕਰ ਸਕਦਾ, ਅਤੇ ਉਹਦੇ 'ਤੇ ਦਬਾਅ ਪੈਂਦਾ ਔਰਤਾਂ ਵਾਲਾ ਪਾਸਾ। ਅੱਛਾ, ਮਰਦ ਦੀ ਕੀ ਸਥਿਤੀ ਹੈ? ਉਹ ਪਕਾਊ ਹੈਸੀਅਤ 'ਚ ਆ। ਪਹਿਲੀ ਗੱਲ ਤਾਂ ਉਹਦੇ 'ਤੇ ਬੋਝ ਪੈਂਦਾ ਹੀ ਘੱਟ ਆ, ਕਿਉਂਕਿ ਉਹ ਪਕਾਊ ਹੈਸੀਅਤ ਜਿਹੜੇ ਕੰਮ ਨੂੰ ਉਹਦਾ ਜੀ ਕਰਦਾ ਕਰ ਲੈਂਦਾ। ਫਿਰ ਵੀ ਦੇਖਿਆ ਇੱਕ ਹੱਦ ਤੱਕ ਵੀ ਕੁਛ ਨਾ ਕੁਛ ਜਦੋਂ ਇਸ ਤਰ੍ਹਾਂ ਦਾ ਕੋਈ ਦਬਾਅ ਪੈਂਦਾ ਉਹ ਕੀ ਕਰਦਾ, ਉਹ ਠੇਕੇ ਚਲਿਆ ਜਾਂਦਾ, ਪਊਆ ਵਧੀਆ ਲਾਉਂਦਾ, ਆਉਂਦਾ ਨੀਂਦ ਘਰਾੜੇ ਮਾਰਦਾ, ਜਾਂ ਜਿਹੜੀ ਕੋਈ ਗੱਲ ਹੋਰ ਮਨ 'ਚ ਪਈ ਹੁੰਦੀ ਹੈ, ਕੋਈ ਗੁੱਸਾ ਗੱਲਾ ਪਿਆ ਹੁੰਦਾ, ਸੋਫੀ ਹਾਲਤ 'ਚ ਉਹ ਜਿਹੜੀ ਗੱਲ ਉਹ ਘਰੇ ਕਹਿ ਨਹੀਂ ਸਕਦਾ, ਵਧੀਆ ਪੂਆ ਪੀ ਕੇ ਘਰੇ ਕੁੱਟਮਾਰ ਵੀ ਕਰ ਲੈਂਦਾ, ਉਹ ਆਪਦਾ ਜਾਣੀ ਕਥਾਰਸਿਸ ਕਰ ਲੈਂਦਾ, ਆਪਦਾ ਉਹ ਗੁੱਬ ਘਵਾਟ ਕੱਢ ਲੈਂਦਾ ਜਾਂ ਫਿਰ ਉਹ ਸੌਂ ਜਾਂਦਾ, ਜਿਹਦੇ ਕਰਕੇ ਕੀ ਹੁੰਦਾ ਉਹ ਇਹ ਜਿਹੜਾ ਫਰਕ ਹੈ ਔਰਤਾਂ 'ਚ ਵੱਧ ਹੋਣ ਵਾਲਾ, ਮਰਦਾਂ 'ਚ ਘੱਟ ਹੋਣਾ, ਪਰ ਦੋਨੇ ਤਰ੍ਹਾਂ ਦਾ ਆਉਂਦੇ ਆ, ਦੋਨੇ ਤਰ੍ਹਾਂ ਦੇ ਕੇਸ ਆਉਂਦੇ ਆ, ਮਰਦਾਂ ਵਾਲੇ ਆਉਂਦੇ, ਹਾਂ ਘੱਟ ਆਉਂਦੇ ਆਪਾਂ ਕਹਿ ਸਕਦੇ ਹਾਂ, ਪਰ ਆਉਂਦੇ ਉਹ ਵੀ ਆ, ਦੋਨੇ ਤਰ੍ਹਾਂ ਦੇ ਆਉਂਦੇ। ਇੱਥੇ ਮੈਂ ਇੱਕ ਗੱਲ ਹੋਰ ਜਿਹੜੀ ਨੋਟ ਕੀਤੀ ਆ, ਜਦੋਂ ਕਿਸੇ ਦੇ ਵਿੱਚ ਕੋਈ ਉਪਰੀ ਕਸਰ ਆਉਂਦੀ ਹੈ, ਜਿਹਨੂੰ ਕਹਿੰਦੇ ਵੀ ਫਲਾਨਿਆਂ ਦੇ ਮੁੰਡੇ ਦੇ ਵਿੱਚ ਉਪਰੀ ਕਸਰ ਆ ਗਈ ਜੀ, ਉਹ ਬੜਾ ਨਿੰਮੋ ਝੂਣਾ ਜਿਹਾ ਹੋਇਆ ਹੁੰਦਾ, ਸਰੀਰ ਨਿਢਾਲ ਹੋਇਆ ਹੁੰਦਾ, ਬੜਾ ਟੁੱਟਿਆ ਜਿਹਾ ਪਿਆ ਹੁੰਦਾ, ਅੱਖਾਂ ਉਹਦੀਆਂ ਬਾਹਰ ਨੂੰ ਹੁੰਦੀਆਂ, ਸਰੀਰ ਬੜਾ ਡਰਾਵਣਾ ਜਿਹਾ ਹੁੰਦਾ, ਵੀ ਇਹਨੂੰ ਸੱਚਮੁੱਚੀ ਖਨੀ ਕੋਈ ਉਪਰੀ ਕਸਰ, ਸ਼ਕਲ ਕਹਿ ਲਓ ਇੱਕ ਤਰ੍ਹਾਂ ਨਾਲ ਬਦਲੀ 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 ਲੱਗਦੀ ਆ, ਤੇ ਉਹ ਇਦਾਂ ਲੱਗਦਾ ਹੁੰਦਾ ਵੀ ਸੱਚਮੁੱਚ ਹੀ ਕੋਈ ਉਪਰੀ ਕਸਰ ਕੋਈ ਸ਼ੈ ਹੈਗੀ ਆ। ਤੇ ਦੂਜੀ ਗੱਲ ਇਹ ਆ, ਜਦੋਂ ਉਪਰੀ ਕਸਰ ਵਾਲੇ ਬੰਦੇ ਨੂੰ ਆਪਾਂ ਕਿਸੇ ਬਾਬੇ ਕੋਲੇ, ਕਿਸੇ ਝਾੜੇ ਵਾਲੇ ਕੋਲੇ ਜਾਂ ਕਿਸੇ ਧਾਗੇ ਤਵੀਤ ਵਾਲੇ ਕੋਲੇ ਲੈ ਕੇ ਜਾਂਦੇ ਨੇ, ਉਸ ਵਕਤ ਉਹ ਬਾਬਾ ਜਿਹੜਾ ਚਿਮਟਿਆਂ ਦੇ ਨਾਲ ਉਹਦੇ ਚੇਲੇ ਜਾਂ ਉਹ ਬਾਬੇ ਦੇ ਖੁਦ ਪੈਰੋਕਾਰ ਨੇ ਜਿਹੜੇ ਬੜਾ ਕਟਾਪਾ ਚਾੜਦੇ ਨੇ, ਹੋਰ ਵੀ ਮੇਰਾ ਖਿਆਲ ਉੱਥੇ ਤਸ਼ੱਦਦ ਬੜੇ ਤਰ੍ਹਾਂ ਤਰ੍ਹਾਂ ਦੇ ਰਹਿੰਦੇ ਨੇ, ਉਸ ਵਕਤ ਜਿਹੜਾ ਉਹ ਬੰਦਾ, ਨਹੀਂ ਤਾਂ ਆਪਾਂ ਆਮ ਵੇਖਦੇ ਹਾਂ ਵੀ ਕਿਸੇ ਥੱਪੜ ਮਾਰੀਏ ਭਾ ਤੂੰ ਕੌਣ ਹੁੰਦਾ ਮੇਰੇ ਮਾਰਨ ਵਾਲਾ, ਅਗਲਾ ਕਹਿੰਦਾ ਹੱਟ ਪਿੱਛੇ, ਉਸ ਵਕਤ ਇੰਨੀ ਕੁੱਟ ਕਿਵੇਂ ਚੱਲ ਜਾਂਦਾ, ਕੁੱਟ ਕਿਵੇਂ ਚੱਲ ਜਾਂਦਾ। ਦੇਖੋ ਇੱਕ ਸਥਿਤੀ ਇਹੋ ਜਿਹੀ ਹੁੰਦੀ ਆ ਕਿ ਮਾਨਸਿਕ ਅਵਸਥਾ ਉਹਦੀ ਜਿਹੜੀ ਉਹ ਸਮੱਸਿਆ ਤੋਂ ਪੀੜਤ ਆ, ਉਦੋਂ ਵੱਡਾ ਦੁੱਖ ਉਹਨੂੰ ਕੋਈ ਨਹੀਂ ਲੱਗਦਾ, ਉਹਦੇ ਟੀਕੇ ਲਾਈ ਜਾਓ, ਕੁਛ ਕਰੀ ਜਾਓ, ਦੇਖਿਆ ਵੀ ਭੂਤ ਆਇਆ ਉਸ ਅਸਰ 'ਚ ਜੋ ਉਹਨੇ ਸਮਾਜ 'ਚੋਂ ਸਿੱਖਿਆ, ਉਹ ਜੋ ਕੁਛ ਕਰਦਾ ਉਸ ਰੂਪ 'ਚ ਕਰਦਾ, ਕਿ ਉਹ ਹੋਰ ਗੱਲ ਨੂੰ ਸਮਝਦਾ ਹੀ ਕੁਛ ਨਹੀਂ ਹੈ, ਮਤਲਬ ਆਪਾਂ ਇਹ ਕਹਿ ਸਕਦੇ ਹੁੰਦੇ ਹਾਂ ਇੱਕ ਤਰ੍ਹਾਂ ਦੇ ਉਹ ਨਸ਼ੇ ਵਰਗੀ ਸਥਿਤੀ 'ਚ ਹੁੰਦਾ। ਮੈਂ ਤੁਹਾਨੂੰ ਇੱਕ ਛੋਟੇ ਜਿਹੇ ਕੇਸ ਦੀ ਉਦਾਹਰਨ ਤੋਂ ਤੁਹਾਨੂੰ ਹੋਰ ਗੱਲ ਬੜੀ ਸਾਫ਼ ਹੋ ਜੂਗੀ, ਆਪਣੇ ਨੇੜੇ ਹੀ ਕਹਿ ਲਓ ਡਿਸਟ੍ਰਿਕਟ ਬਰਨਾਲੇ 'ਚ ਹੀ ਉਗੋ ਕੇ ਪਿੰਡ ਪੈਂਦਾ, ਕਾਫ਼ੀ ਸਾਲ ਪਹਿਲਾਂ ਦੀ ਗੱਲ ਹੈ, ਇੱਕ ਬੱਚੀ ਨੂੰ ਉੱਥੋਂ ਲੈ ਕੇ ਆਏ ਆ, ਓਕੇ, ਉਹਦੇ ਵਾਲ ਇੱਕ ਪਾਸੇ ਉਹਨੂੰ ਇਸ ਤਰ੍ਹਾਂ ਕਰਕੇ ਗੰਢਾਂ ਮਾਰੀਆਂ ਹੋਈਆਂ, ਪੂਰੀਆਂ ਗੰਢਾਂ ਮਾਰ ਕੇ ਇੱਥੋਂ ਐਂ ਉਹਨੂੰ ਫੜਿਆ ਹੋਇਆ ਸਿਰ ਦੇ ਵਾਲਾਂ ਨੂੰ ਗੰਢ ਮਾਰ ਕੇ ਫੜਿਆ ਹੋਇਆ, ਅਤੇ ਕਮਾਲ ਦੀ ਗੱਲ ਉਦੋਂ ਇਹ ਵੀ ਹੋਈ ਕਿ ਜਿਹੜੇ ਸਿਆਣੇ ਕੋਲ ਜਾਂਦੇ ਸੀ ਇਲਾਜ ਕਰਵਾਉਂਦੇ ਸੀ ਉਹ ਵੀ ਨਾਲ ਹੀ ਹੈ, ਅਤੇ ਉਹਨੇ ਉੱਥੋਂ ਫੜਿਆ ਹੋਇਆ। ਅੱਛਾ, ਪੁੱਛਿਆ ਕਿ ਸਾਰਾ ਕੁਛ ਵੀ ਕੀ ਗੱਲ ਆ ਕਿਵੇਂ ਆ, ਕਹਿੰਦੇ ਜੀ ਐਂ ਕਰਕੇ ਇਹਦੇ 'ਚ ਇਹਦੀ ਚਾਚੀ ਦੀ ਕਸਰ ਹੁੰਦੀ ਹੈ, ਅਤੇ ਜਦੋਂ ਚਾਚੀ ਦੀ ਕਸਰ ਹੁੰਦੀ ਆ ਅਸੀਂ ਇਲਾਜ ਕਰਵਾਉਣ ਕਦੇ ਕਿਤੇ ਜਾਂਦੇ ਹਾਂ ਕਦੇ ਕਿਤੇ ਜਾਂਦੇ ਹਾਂ, ਅਤੇ ਹੁਣ ਤੱਕ ਦਾ ਜਿੰਨਾ ਬਾਬਿਆਂ ਨੇ ਕਹਿਣ ਦਾ ਜਾਂ ਜਦੋਂ ਅਸੀਂ ਘਰੇ ਮੁੜ ਕੇ ਆ ਜਾਂਦੇ ਹਾਂ ਤਾਂ ਘਰੇ ਆ ਕੇ ਉਹ ਚਾਚੀ ਫੇਰ ਬੋਲਦੀ ਆ ਵੀ ਤੁਸੀਂ ਮੈਨੂੰ ਜਿੱਥੇ ਲੈ ਕੇ ਗਏ ਸੀ ਮੈਂ ਤਾਂ ਉੱਥੇ ਗਈ ਨਹੀਂ, ਮੈਂ ਤਾਂ ਰਾਹ 'ਚ ਉੱਤਰ ਗਈ ਸੀ, ਅਤੇ ਮੈਂ ਕਿਹਾ ਫਿਰ ਆਹ ਬਾਲ, ਇਹ ਕਹਿੰਦੇ ਅੱਜ ਉਹ ਚਾਚੀ ਬੰਨ ਕੇ ਲਿਆਉਂਦੀ ਆ, ਉਹ ਐਂ ਫੜੀ ਹੋਈ, ਮਤਲਬ ਮੇਰਾ ਖਿਆਲ ਆ ਜੇ ਸਧਾਰਨ ਹਾਲਤ 'ਚ ਉਵੇਂ ਗੰਢਾਂ ਦੇ ਕੇ ਬਾਲ ਫੜੇ ਹੋਣ ਤਾਂ ਚੀਕਾਂ ਨਿਕਲ ਸਕਦੀਆਂ, ਤਾਂ ਉਹ ਬੱਚੀ ਦੇ ਚਿਹਰੇ 'ਤੇ ਉਹੋ ਜਿਹਾ ਕੋਈ ਅਸਰ ਨਹੀਂ। ਚਲੋ ਇੱਕ ਗੱਲ ਨੂੰ ਮੈਂ ਹੋਰ ਐਕਸਪਲੇਨ ਕਰਦੇ ਹਾਂ ਇੱਥੇ ਜਾਂਦੇ ਜਾਂਦੇ ਹੀ, ਆਪਾਂ ਸਾਰੀ ਪੜਤਾਲ ਕੀਤੀ, ਦੋ ਗੱਲਾਂ ਦੀ ਕੀਤੀ, ਇੱਕ ਤਾਂ ਉਹੀ ਕਿ ਚਾਚੀ ਕਿਉਂ ਆਈ, ਉਹਦੇ 'ਚ ਉਹ ਕੁੱਟਮਾਰ ਅਤੇ ਤਸ਼ੱਦਦ ਵਾਲਾ ਦੌਰ ਸੀ, ਦੂਜੀ ਗੱਲ ਸੀ ਵੀ ਇਹ ਸਾਰਾ ਸਿਲਸਿਲਾ ਸੀ ਕੀ, ਜਦੋਂ ਥੋੜ੍ਹੀ ਪੁੱਛ ਪੜਤਾਲ ਕੀਤੀ ਗੱਲ 'ਚੋਂ ਹੌਲੀ ਹੌਲੀ ਬੱਚੀ ਨੂੰ ਵਿਸ਼ਵਾਸ 'ਚ ਲੈ ਕੇ, 13 ਕੁ ਸਾਲ ਦੀ ਬੱਚੀ ਆ ਸਾਰੀ, ਵਿਸ਼ਵਾਸ 'ਚ ਲੈ ਕੇ ਸਾਰੀਆਂ ਗੱਲਾਂ ਦੱਸੀਆਂ ਵੀ ਭੂਤ ਭਾਤ ਵਾਲੀ ਕੋਈ ਗੱਲ ਨਹੀਂ, ਹੋਰ ਉਹ ਸਮਝ ਗਈ, ਸਾਰੀ ਗੱਲ ਸਮਝ ਗਈ, ਆਪਾਂ ਬਾਅਦ 'ਚ ਗੱਲ ਕਰਦੇ ਹਾਂ ਵੀ ਉਹਦੇ 'ਚ ਕੀ ਹੋਇਆ, ਪ੍ਰੋਬਲਮ ਕੀ ਆ ਗਈ ਸੀ। ਮੈਂ ਉਹਨੂੰ ਇੱਕੋ ਹੀ ਗੱਲ ਕਹੀ ਵੀ ਤੂੰ ਆਪਦੀ ਚਾਚੀ ਦਾ, ਮਰੀ ਹੋਈ ਚਾਚੀ ਦਾ ਨਾਂ ਕਿਉਂ ਲਿਆ, ਕਿ ਉਹ ਆ ਜਾਂਦੇ ਆ, ਕਹਿੰਦੇ ਜੇ ਮੈਨੂੰ ਇੰਨਾ ਤੰਗ ਕਰਦੇ, ਇੰਨਾ ਕੁੱਟਦੇ ਮਾਰਦੇ, ਜਦੋਂ ਕਹਿੰਦੇ ਬੋਲ ਕੌਣ ਹੈ, ਬੋਲ ਕੌਣ ਹੈ, ਬੋਲ ਕੌਣ ਹੈ, ਅਤੇ ਫਿਰ ਮੇਰਾ ਇਹ ਜਿੰਨਾ ਚਿਰ ਖੜਾ ਉਹਨਾਂ 'ਚ ਛੱਡਦੇ ਨਹੀਂ ਜਿੰਨਾ ਚਿਰ ਮੈਂ ਨਹੀਂ ਕਹਿੰਦੀ ਮੈਂ ਚਾਚੀ, ਜਦੋਂ ਮੈਂ ਕਹਿ ਦਿੰਦੀ ਹਾਂ ਮੈਂ ਇਹਦੀ ਚਾਚੀ ਹਾਂ ਤਾਂ ਸਾਰੇ ਪਰੇ ਹੋ ਜਾਂਦੇ ਸਾਡੇ, ਮਤਲਬ ਸਹਾਰਾ ਉਹਦਾ ਲੈ ਰਹੀ, ਸਹਾਰਾ ਉਹਦਾ ਲੈ ਉਸੇ ਨਾਂ ਦਾ। ਚਲੋ ਇੱਕ ਗੱਲ ਨੂੰ ਹੋਰ ਇੱਥੇ ਸਾਫ਼ ਕਰ ਦਈਏ, ਦਰਸ਼ਕਾਂ ਦੀ ਵੀ ਥੋੜ੍ਹੀ ਜਿਹੀ ਕਰਿਓਸਟੀ ਬਣ ਜਾਂਦੀ ਹੈ ਵੀ ਐਡਾ ਕੀ ਸੀ ਜੀ, ਉਹ ਬੱਚੀ ਦਿਹਾੜੀਦਾਰ ਪਰਿਵਾਰ ਦੀ ਬੱਚੀ ਸੀ। ਅੱਛਾ, ਆਪਾਂ ਨੂੰ ਪਤਾ ਦਿਹਾੜੀਦਾਰਾਂ ਦੀ ਸਥਿਤੀ ਹੋਰ ਵੀ ਮੁਸ਼ਕਲ ਹੈ ਇਸ ਮੁਸ਼ਕਲਾਂ ਭਰੇ ਸਮਾਜ ਦੇ ਅੰਦਰ, ਡੰਗਰ ਪਸ਼ੂ ਘਰੇ ਰੱਖਿਆ ਪਾਲਦੇ ਸੀ, ਕੱਖ ਕੰਡਾ ਖੇਤਾਂ 'ਚੋਂ ਵੱਟਾਂ ਤੋਂ ਖੋਦ ਕੇ ਉਹ ਲਿਆਉਂਦੇ ਸੀ, ਉਹ ਬੱਚੀ ਵੱਡੀ ਹੋ ਰਹੀ ਹੈ, ਘਰ ਦੇ ਹੋਰ ਕੰਮ ਕਰਦੇ ਆ, ਜਿੱਥੋਂ ਦਿਹਾੜੀ ਪੈਂਦੀ ਹੋਵੇ ਕਹਿ ਲਓ ਤਾਂ ਬੱਚੀ ਦੀ ਡਿਊਟੀ ਲਾਉਂਦੇ ਹੋ ਕਿ ਤੂੰ ਭਾਈ ਕੱਖ ਖੋਦ ਕੇ ਲਿਆਉਣੀ, ਬਿਲਕੁਲ ਬਿਲਕੁਲ।
ਉਸ ਉਹ ਬੱਚੀ ਕੀ ਮਹਿਸੂਸ ਕਰਦੀ ਹੈ ਜਦੋਂ ਬਾਹਰ ਜਾਂਦੀ ਹੈ ਖੇਤਾਂ 'ਚ ਕੱਖ ਲੈਣ, ਕਿ ਜਦੋਂ ਖੇਤਾਂ 'ਚ ਜਾ ਕੇ ਉਹ ਵੇਖਦੀ ਹੈ ਖੇਤਾਂ ਦੇ ਮਾਲਕਾਂ ਨੂੰ, ਉਹਨਾਂ ਦੀਆਂ ਨਜ਼ਰਾਂ ਨੂੰ ਤਾੜ ਰਹੀ ਹੈ ਉਹ 13 ਸਾਲ ਦੀ ਬੱਚੀ ਜੀ। ਉਹਨੇ ਇੱਕੋ ਗੱਲ ਮੈਨੂੰ ਕਹੀ, ਕਹਿੰਦੀ ਜੀ ਮੇਰੇ 'ਚ ਕੋਈ ਭੂਤ ਨਹੀਂ, ਕੋਈ ਭੂਤ ਕਦੇ ਨਹੀਂ ਆਉਂਦਾ, ਮੇਰੇ ਘਰਦਿਆਂ ਨੂੰ ਇਹ ਕਹਿ ਦਿਓ ਕਿ ਮੈਨੂੰ ਘਰੇ ਚਾਹੇ ਦੋ ਜਣਿਆਂ ਦਾ ਕੰਮ ਦੇ ਜਾਓ, ਮੈਂ ਖੇਤ ਨਹੀਂ ਜਾਣਾ ਕਿਸੇ ਦੇ। ਓਕੇ, ਆਪਾਂ ਸਮਝ ਸਕਦੇ ਹਾਂ ਕਿ ਇੱਕ ਬੱਚੀ ਆਪਦੀ ਇੱਜ਼ਤ ਬਾਰੇ ਕਿੰਨੀ ਫਿਕਰਮੰਦ, ਜਿਹੜੀ ਹੁਣ ਤੁਸੀਂ ਸੋਚ ਕੇ ਦੇਖੋ ਕਿ ਭੂਤ ਕਿੱਥੋਂ ਆਉਂਦਾ। ਹੁਣ ਉਹ ਆਪਦਾ ਉਸ ਕੰਮ ਤੋਂ ਖਹਿੜਾ ਛੁਡਾਉਣਾ ਚਾਹੁੰਦੀ ਹੈ, ਉਹਦੀ ਕਿਸੇ ਨੇ ਸੁਣੀ ਨਹੀਂ ਹੈ, ਅਤੇ ਜਦੋਂ ਸੁਣੀ ਨਹੀਂ ਹੈ ਜਦੋਂ ਤੋਂ ਭੂਤ ਆ ਗਈ, ਉਦੋਂ ਬਾਅਦ ਉਦੋਂ ਕੋਈ ਕੰਮ ਵੀ ਨਹੀਂ ਲਿਆ ਜਾਂਦਾ, ਖੇਤ ਭੇਜਣਾ ਤਾਂ ਬੜੀ ਦੂਰ ਦੀ ਗੱਲ, ਜਾਣਾ ਉੱਥੇ ਬੰਦ ਹੋ ਗਿਆ, ਜਾਣਾ ਉੱਥੇ ਬੰਦ ਹੋ ਗਿਆ। ਅਤੇ ਮੈਂ ਵੀ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਕਿ ਜੇ ਤੁਸੀਂ ਇਹ ਬੱਚੀ ਨੂੰ, ਕਿਉਂਕਿ ਸਾਨੂੰ ਪਤਾ ਜਿਹੜੇ ਜਮਾਂ ਅਨਪੜ੍ਹ ਪਰਿਵਾਰ ਆ, ਪੇਂਡੂ ਪਰਿਵਾਰ ਆ, ਉਹ ਇਹ ਨਹੀਂ ਸਮਝਦੇ ਕਿ ਇਹਨੂੰ ਭੂਤ ਨਹੀਂ ਚੁੰਬੜਿਆ ਜਾਂ, ਉਹਨਾਂ ਨੂੰ ਇੱਕੋ ਗੱਲ ਕਹੀ ਪਹਿਲੀ ਸਟੇਜ 'ਚ ਜਿਹੜੀ ਅਸੀਂ ਕਰਦੇ ਹਾਂ ਕਿ ਇਹਨੇ ਘਰੋਂ ਬਾਹਰ ਕਿਸੇ ਖੇਤ 'ਚ ਕੰਮ ਕਰਨੀ ਜਾਣਾ, ਘਰੇ ਇਹਨੂੰ ਦੋ ਜਣਿਆਂ ਦਾ ਕੰਮ ਦੇ ਦਿਓ, ਸਾਰਾ ਕਰ ਦੂ। ਬਿਲਕੁਲ, ਜੇ ਜਾਊਗੀ ਇਹਨੂੰ ਦੁਬਾਰੇ ਕਸਰ ਹੋ ਸਕਦੀ ਹੈ, ਹੋ ਸਕਦੀ, ਥੋੜ੍ਹਾ ਜਿਹਾ ਡਰ ਪਾਉਣਾ ਪੈਂਦਾ ਇੱਕ ਹੱਦ ਤੱਕ, ਨਹੀਂ ਉਹ ਕਈ ਵਾਰੀ ਠੀਕ ਨਹੀਂ ਆਉਂਦੇ, ਉਹਨਾਂ ਦੀ ਮਾਨਸਿਕਤਾ ਹੁੰਦੀ ਹੈ, ਫਿਰ ਉੱਥੇ ਭੇਜਣਗੇ, ਫਿਰ ਉੱਥੇ। ਹਾਂ, ਅਤੇ ਜਿਹਦੇ 'ਚ ਹੋਇਆ ਕਿ ਉਹ ਕਹਿੰਦੇ ਜੀ ਇੱਕ ਦੋ ਤਿੰਨ ਇਹ ਘਰੇ ਕੰਮ ਕਰੂਗੀ, ਅਸੀਂ ਨਹੀਂ ਭੇਜਦੇ ਇਹਨੂੰ। ਹੁਣ ਇਹ ਗੱਲ ਵੀ ਉਹਨਾਂ ਨੂੰ ਦੱਸੀ ਨਹੀਂ ਜਾ ਸਕਦੀ ਸੀ ਵੀ ਭਾਈ ਇਹ ਕਰਕੇ ਇਹਨੂੰ ਉਹ ਬਾਹਰ ਲਿਆਂਦੀਆਂ, ਉਹ ਮਾਲਕਾਂ ਦੀਆਂ ਨਜ਼ਰਾਂ ਨੇ ਜਿਹੜੀਆਂ ਉਹ ਇਹਨੂੰ ਚੁਭਦੀਆਂ ਨੇ, ਉਹ ਇਹਨੂੰ ਤੰਗ ਕਰਦੀਆਂ ਨੇ, ਜਿਹਦੇ ਕਰਕੇ ਇਹਦੇ ਮਾਨਸਿਕ ਦਬਾਅ ਪਿਆ, ਦਬਾਅ ਪੈਣ ਕਰਕੇ ਇਹਦਾ ਮਨ ਖੰਡਾ ਦਾ ਸ਼ਿਕਾਰ ਹੋ ਗਿਆ। ਹਾਂ, ਇਹਦੇ 'ਚ ਇੱਕ ਗੱਲ ਹੋਰ ਕਵਰ ਕਰ ਦਈਏ ਆਪਾਂ ਕਿ ਜਦੋਂ ਮਨ ਖੰਡਾ ਦਾ ਸ਼ਿਕਾਰ ਹੁੰਦਾ ਤਾਂ ਜਿਹੜਾ ਸਾਡਾ ਸਬਕੌਂਸ਼ੀਅਸ ਮਾਈਂਡ ਅਰਧ ਚੇਤਨ ਮਨ ਆ, ਉਹ ਆਪਦੀਆਂ ਸਮੱਸਿਆਵਾਂ ਦਾ ਹੱਲ ਲੱਭਦਾ। ਓਕੇ, ਉਹ ਹੱਲ ਫਿਰ ਜਿਹੇ ਜਿਹਾ ਉਹਦਾ ਲੈਵਲ ਆ, ਭੂਤਾਂ ਨੂੰ ਮੰਨਣ ਵਾਲਾ ਕਈ ਵਾਰੀ ਉੱਧਰ ਨੂੰ ਲੱਭ ਲੈਂਦਾ, ਕੋਈ ਹੋਰ ਕਰਨ ਵਾਲਾ ਉਹ ਉੱਧਰ ਨੂੰ ਲੱਭ ਲੈਂਦਾ, ਉਹ ਉਸ ਤਰ੍ਹਾਂ ਦੀ ਕੋਈ ਸੋਚ ਸੋਚਦਾ, ਵਿਉਂਤ ਘੜਦਾ, ਉਹ ਗਲਤ ਵੀ ਹੋ ਸਕਦੀ ਹੈ, ਆਪਾਂ ਚੱਲਦੀ ਚਾਲ 'ਚ ਅੱਗੇ ਗੱਲਾਂ ਕਰਾਂਗੇ, ਉਹ ਗਲਤ ਵੀ ਹੋ ਸਕਦਾ, ਪਰ ਜੋ ਉਹਦੇ ਮਾਈਂਡ ਨੇ ਲੈਵਲ ਨੇ ਉਹਦੇ ਉਹਨੂੰ ਸੁਜੈਸਟ ਕੀਤਾ, ਉਹ ਉਵੇਂ ਕਰ ਜਾਂਦਾ। ਬਿਲਕੁਲ। ਅੱਛਾ ਭਦੌੜ ਸਾਹਿਬ, ਦਰਸ਼ਕ ਆ ਜਿਹੜੇ ਉਹ ਸਾਡੇ ਨਾਲ ਇਸ ਗੱਲ ਨੂੰ ਲੈ ਕੇ ਚੰਗੀ ਤਰ੍ਹਾਂ ਜੁੜ ਚੁੱਕੇ ਹੋਣਗੇ ਕਿ ਬਾਕੀ ਭੂਤਾਂ ਜਿਹੜੀਆਂ ਅੱਜ ਆਪਾਂ ਕੱਢ ਰਹੇ ਹਾਂ, ਅਤੇ ਇਹ ਇੱਕ ਗੱਲ ਆ ਜਿਹੜੀ ਮੈਂ ਆਮ ਵੇਖੀ ਆ ਕਿ ਸਾਡੇ ਸਮਾਜ ਦੇ ਵਿੱਚ ਗਰੀਬੀ ਹੈ, ਬੇਰੁਜ਼ਗਾਰੀ ਹੈ, ਤੰਗੀਆਂ ਤੁਰਸ਼ੀਆਂ ਨੇ, ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਜਦੋਂ ਦੋ ਭਰਾ ਇਕੱਠੇ ਹੁੰਦੇ ਆ, ਉੱਥੇ ਜਿਹੜੀਆਂ ਨਵੀਆਂ ਨੂੰਹਾਂ ਵਿਆਹ ਕੇ ਆਉਂਦੀਆਂ, ਉਹਨਾਂ ਦੀ ਆਪਸੀ ਖਿੱਚੋਤਾਣ ਸ਼ੁਰੂ ਹੋ ਜਾਂਦੀ ਹੈ ਸੱਸ ਦੇ ਨਾਲ ਜਾਂ ਪਰਿਵਾਰਕ ਝਮੇਲੇ ਹੋਰ ਬੜੇ ਹੁੰਦੇ ਆ ਝਮੇਲੇ, ਉੱਥੇ ਆਪਾਂ ਦੇਖਦੇ ਹਾਂ ਕਿ ਬਹੁਤੇ ਪਰਿਵਾਰਾਂ ਦੇ ਵਿੱਚ ਭੂਤਾਂ ਆਉਂਦੀਆਂ ਨੇ, ਉੱਥੇ ਬਹੁਤੇ ਪਰਿਵਾਰਾਂ ਦੇ ਵਿੱਚ ਕਸਰਾਂ ਆਉਂਦੀਆਂ ਨੇ, ਉਪਰੀਆਂ ਕਸਰਾਂ ਦਾ ਵਾਸਾ ਆ ਜਾਂਦਾ, ਉੱਥੇ ਤੀਜੇ ਚੌਥੇ ਘਰੇ ਮਰੇ ਹੋਏ ਬੰਦੇ ਦੀ ਛਾਇਆ ਜਿਹੜੀ ਉਸ ਘਰ ਆਉਣ ਲੱਗ ਜਾਂਦੀ ਹੈ ਉਸ ਟਾਈਮ 'ਤੇ। ਪਰ ਮੈਂ ਵੇਖਿਆ, ਆਮ ਅਖਬਾਰਾਂ ਦੇ ਵਿੱਚ ਵੀ ਪੜ੍ਹਦੇ ਹਾਂ, ਤੁਸੀਂ ਟੀਵੀ ਚੈਨਲਾਂ 'ਤੇ ਵੀ ਵੇਖਿਆ ਹੋਊਗਾ, ਲੋਕਾਂ ਦੇ ਮੂੰਹੋਂ ਵੀ ਸੁਣਿਆ ਹੋਊ, ਦੁਨੀਆਂ ਦੇ ਵਿਕਸਿਤ ਦੇਸ਼ ਨੇ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇਹਨਾਂ ਦੇਸ਼ਾਂ ਦੇ ਵਿੱਚ ਵੀ ਭੂਤਾਂ ਸਾਡੇ ਪੰਜਾਬੀਆਂ 'ਚ, ਮੈਂ ਪੰਜਾਬੀਆਂ ਦੀ ਗੱਲ ਹੀ ਕਰੂੰਗਾ ਅੱਜ ਇੱਥੇ, ਕਿਉਂਕਿ ਬਹੁਤੇ ਲੋਕ ਪੰਜਾਬੀ ਜੁੜੇ ਹੋਏ ਸਾਡੇ ਨਾਲ, ਵੀ ਉੱਥੇ ਜਿਹੜੇ ਸਾਡੇ ਇੱਥੋਂ ਪ੍ਰਵਾਸ ਕਰਕੇ ਉੱਥੇ ਲੋਕ ਗਏ ਨੇ, ਉਹ ਆਰਥਿਕ ਤੌਰ 'ਤੇ ਵੀ ਮੇਰੇ ਖਿਆਲ 'ਚ ਠੀਕ ਨੇ, ਸਹੂਲਤਾਂ ਪੱਖੋਂ ਵੀ ਸੱਖਣੇ ਨਹੀਂ ਨੇ ਉਹ ਠੀਕ ਨੇ, ਅਤੇ ਖਾਣ ਪੀਣ ਵੀ ਬੜਾ ਚੰਗਾ ਉੱਥੇ, ਉਹ ਫਿਰ ਵੀ ਇਹੀ ਚੀਜ਼ ਨੂੰ ਕਿਉਂ ਉੱਥੇ ਵੀ ਬਾਬੇ ਬੁਲਾ ਕੇ ਕਹਿੰਦੇ ਉਹ ਕਢਾਉਂਦੇ ਨੇ? ਇੱਕ ਤਾਂ ਆਪਾਂ ਨੂੰ ਕਈ ਵਾਰੀ ਲੱਗਦਾ ਜਿਵੇਂ ਤੁਹਾਡੀ ਗੱਲ 'ਚੋਂ ਸੀ ਵੀ ਉਹਨਾਂ ਦਾ ਖਾਣ ਪੀਣ ਵੀ ਚੰਗਾ, ਉਹਨਾਂ ਨੂੰ ਦਿੱਕਤਾਂ ਵੀ ਨਹੀਂ ਹੈ, ਇਹ ਸਾਰਾ ਕੁਛ ਉੱਥੇ ਵੀ ਹੈ। ਵੈਸੇ ਮੈਂ ਜਾ ਕੇ ਵੇਖਿਆ, ਮੈਂ 10-11 ਸਾਲ ਪਹਿਲਾਂ ਗਿਆ ਸੀ ਅਤੇ ਆਪਣੇ ਪੰਜਾਬੀ ਭਾਈਚਾਰੇ ਦੀਆਂ ਬਹੁਤ ਭੂਤਾਂ ਕੱਢੀਆਂ, ਮੈਂ ਥੋੜ੍ਹਾ ਥੋੜ੍ਹਾ ਮਖੌਲ 'ਚ ਵੀ ਕਹਿ ਦਿੰਦਾ ਹੁੰਦਾ ਵੀ ਤੁਸੀਂ ਤਾਂ ਮਸਾਂ ਵੀਜ਼ਾ ਲਵਾਇਆ 40-50 ਲੱਖ ਦੇ ਕੇ, ਇਹ ਕਿਹੜੀ ਵੈਸੀ ਆ ਜਿਹੜੀ ਭੂਤਾਂ ਦਾ ਵੀਜ਼ਾ ਲਾ ਕੇ ਤੁਹਾਡੇ ਮੰਗਰੀ ਚੜਾ ਦਿੰਦੀ ਆ ਯਾਰ, ਭੂਤ ਨਾਲ ਹੀ ਆ ਗਈ ਸਥਿਤੀ ਕੀ ਆ, ਸੋਚ ਸਾਡੀ ਉਹੀ ਹੈ। ਮੈਂ ਇੱਕ ਕੇਸ ਦੀ ਤੁਹਾਨੂੰ ਉਦਾਹਰਨ ਦੇ, ਤੁਹਾਨੂੰ ਸਾਫ਼ ਹੀ ਲੱਗ ਜੂਗੀ ਕੈਨੇਡਾ 'ਚ ਭੂਤ ਕਿਵੇਂ ਆ ਜਾਂਦਾ। ਅੱਛਾ, ਮੈਂ ਟੀਵੀ 'ਤੇ ਇੰਟਰਵਿਊ ਦੇ ਕੇ ਨਾ ਔਜਲਾ ਜੀ ਨਾਲ ਜਦੋਂ ਬਾਹਰ ਆਇਆ, ਐਡ ਦੇ ਦਿੰਦੇ ਸੀ ਫੋਨ 'ਤੇ ਵੀ ਕਿਸੇ ਨੂੰ ਲੋੜ ਹੋਵੇ ਰਜਿੰਦਰ ਜੀ ਕੈਨੇਡਾ ਨੇ, ਅੱਜ ਕੱਲ੍ਹ ਭਾਈ ਆਪਦੀ ਸਮੱਸਿਆ ਤੁਸੀਂ ਸੁਲਝਾ ਸਕਦੇ ਹੋ, ਇਹਨਾਂ ਤੋਂ ਕੋਈ ਗਾਈਡਲਾਈਨ ਲੈ ਸਕਦੇ ਹੋ, ਇਹਨਾਂ ਤੋਂ ਕੋਈ ਸਲਾਹ ਲੈ ਸਕਦੇ। ਜੀ ਜੀ, ਜਦੋਂ ਉੱਥੋਂ ਨਿਕਲੇ ਤਾਂ ਮੇਰੇ ਫੋਨ 'ਤੇ ਰਿੰਗ ਵੱਜ ਗਈ, ਕਹਿੰਦੇ ਜੀ ਤੁਸੀਂ ਤਰਕਸ਼ੀਲ ਵਾਲੇ ਹੋ? ਮੈਂ ਕਿਹਾ ਜੀ। ਤੁਸੀਂ ਹੁਣੇ ਹੁਣੇ ਟੀਵੀ 'ਤੇ ਸੀ? ਮੈਂ ਹਾਂਜੀ, ਬੋਲ ਕੇ ਹਟੇ ਹਾਂ। ਕਹਿੰਦੇ ਜੀ ਸਾਡੇ ਘਰ 'ਚੋਂ ਡਾਲਰ ਚੋਰੀ ਹੋ ਰਿਹਾ ਲਗਾਤਾਰ। ਅੱਛਾ, ਮੈਂ ਕਿਹਾ ਵੀ ਡਾਲਰ ਚੋਰੀ ਹੋ ਰਿਹਾ, ਠੀਕ ਹੈ ਜੀ, ਤੁਹਾਨੂੰ ਪਤਾ ਲੱਗ ਜਾਂਦਾ ਕਿਵੇਂ ਹੁੰਦੇ ਚੋਰੀ? ਮੈਂ ਜੀ ਲੱਗ ਜਾਂਦਾ। ਤੁਹਾਨੂੰ ਐਂ ਪਤਾ ਲੱਗ ਜਾਂਦਾ ਕਿਹਦੇ ਚੋਰੀ ਕੀਤੇ? ਮੈਂ ਜੀ ਲੱਗ ਜਾਂਦਾ। ਤੁਹਾਨੂੰ ਪਤਾ ਲੱਗ ਜਾਂਦਾ ਕਿ ਗਏ ਕਿੱਥੇ? ਮੈਂ ਜੀ ਲੱਗ ਜਾਂਦਾ ਜੀ। ਸਾਰੀਆਂ ਗੱਲਾਂ ਕਰਨ ਤੋਂ ਬਾਅਦ ਤੁਸੀਂ ਫਿਰ ਪਰਿਵਾਰ ਨੂੰ ਦੱਸ ਦਿੰਦੇ ਹੋ ਜੀ ਕਿ ਕਿਹਨੇ ਕੀਤੀ ਹੈ? ਮੈਂ ਕਿਹਾ ਇਹ ਅਸੀਂ ਦੱਸਦੇ, ਪਰਦਾ ਰੱਖਦੇ ਹੋ? ਹਾਂ, ਕਿਉਂਕਿ ਸਾਡਾ ਮਕਸਦ ਗੱਲ ਸੁਲਝਾਉਣਾ ਹੈ, ਵਿਗਾੜਨਾ ਨਹੀਂ ਨਾ, ਕਲੇਸ਼ ਨਹੀਂ ਨਾ ਪਾਉਣਾ। ਅਤੇ ਅਖੀਰ 'ਚ ਜਦੋਂ ਉਹਨੇ ਕਿਹਾ ਵੀ ਤੁਸੀਂ ਦੱਸ ਦਿੰਦੇ ਹੋ, ਅਤੇ ਮੈਂ ਵੀ ਨੋਟ ਕਰ ਲਿਆ, ਅਤੇ ਮੈਂ ਨਾਲ ਦੀ ਨਾਲ ਪੁੱਛ ਲਿਆ ਕਿ ਤੁਹਾਡਾ ਨਾਂ ਕੀ? ਉਹਨੇ ਆਪਣਾ ਨਾਮ ਦੱਸਤਾ ਜੀ ਜੀ ਜੀ। ਹੁਣ ਉਹ ਜਦੋਂ ਨਾਮ ਦੱਸਤਾ, ਮੈਂ ਵੀ ਨੋਟ ਕਰ ਲਿਆ, ਅਤੇ ਸਾਡੀ ਜਿਹੜੀ ਉੱਥੋਂ ਦੀ ਲੋਕਲ ਇਕਾਈ ਸੀ, ਅਹੁਦੇਦਾਰ ਸੀ, ਉਹਨਾਂ ਨਾਲ
ਤੇ ਉੱਥੇ ਜਾ ਕੇ ਵੇਖਿਆ ਸਾਰੀ ਗੱਲ ਨੋਟ ਕੀਤੀ ਪਰਿਵਾਰ ਦੇ ਮੈਂਬਰਾਂ ਦੀ ਲਿਸਟ ਬਣਾਈ ਤੇ ਉਹ ਲਿਸਟ ਦੇ ਵਿੱਚ ਉਹ ਨਾਂ ਵੀ ਆ ਗਿਆ ਤਾਂ ਜਿੰਨਾ ਕਿ ਮੇਰਾ ਤਜਰਬਾ ਸੀ ਉਹ ਮੈਨੂੰ ਕਹਿ ਰਿਹਾ ਸੀ ਕਿ ਡਾਲਰ ਆਸੇ ਪਾਸੇ ਕਰਨ ਵਾਲਾ ਫੋਨ ਕਰਨ ਵਾਲਾ ਹੀ ਸੀ ਜੀ 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 ਚਲੋ ਗੱਲ ਪੁੱਛਿਆ ਕਰਿਆ ਹੋਇਆ ਕੀ ਹੈ ਹੁਣ ਇੱਕ ਬੱਚੀ ਪੜ੍ਹਾਈ ਕਰਦੀ ਹੈ ਪੜ੍ਹਾਈ ਨਾਲ ਜੋਬ ਵੀ ਕਰਦੀ ਹੈ ਫਿਰ ਉਹਦੀਆਂ ਲੋੜਾਂ ਵੀ ਤਾਂ ਹੈ ਲੋੜਾਂ ਵੇਲੇ ਕੀ ਹੁੰਦਾ ਜੇ ਉਹਨੂੰ $20 ਦੀ ਲੋੜ ਆ ਤੇ ਉਹਨੂੰ 5 ਮਿਲਦੇ ਆ ਜੀ ਜੀ ਤੇ ਜਦੋਂ 5 ਮਿਲਦੇ ਆ ਤਾਂ ਲਾਜ਼ਮੀ ਮਨ ਤਾਂ ਦੁਖੀ ਹੁੰਦਾ ਮੈਂ ਬਹੁਤ ਕੋਸ਼ਿਸ਼ ਕੀਤੀ ਵੀ ਕੋਈ ਮਾੜੀ ਭਾਵਨਾ ਤਾਂ ਨਹੀਂ ਕੋਈ ਪੈਸੇ ਡਾਲਰ ਮਾੜੀ ਥਾਂ ਤੇ ਤਾਂ ਨਹੀਂ ਜਾਂਦੇ ਜੀ ਤਾਂ ਉਹ ਮੈਂ ਜਦੋਂ ਸਾਰੀ ਪੜਤਾਲ ਚੋਂ ਨਿਕਲ ਕੇ ਬਿਲਕੁਲ ਨਹੀਂ ਜਾਂਦੇ ਪਰ ਇਹ ਬੱਚੀ ਦੀਆਂ ਕੁਝ ਮਿਨੀਮਮ ਲੋੜਾਂ ਜੀ ਜੀ ਫਿਰ ਵੀ ਮੈਨੂੰ ਇਹ ਲੱਗਿਆ ਵੀ ਜੇ ਪਰਿਵਾਰ ਨੂੰ ਇਹ ਦੱਸਦੇ ਆ ਜੀ ਕਿ ਇਸ ਲੜਕੀ ਨੂੰ ਤੁਸੀਂ ਇੰਨੇ ਡਾਲਰ ਦਿਆ ਕਰੋ ਤਾਂ ਇਹਨਾਂ ਨੂੰ ਲੱਗੂ ਕਿ ਇਹੀ ਸੀ ਪਾਸੇ ਕਰਦੀ ਮੈਂ ਉਹ ਬੱਚੀ ਨੂੰ ਸਮਝਾਇਆ ਵੀ ਆਹ ਸਾਡੇ ਬਲਦੇਵ ਰਹਿਪਾ ਜੀ ਨੇ ਉੱਥੋਂ ਦੇ ਜਿਹੜੇ ਉਸ ਵੇਲੇ ਦੇ ਅਹੁਦੇਦਾਰ ਸੀ ਮੇਰੇ ਨਾਲ ਸੀ ਬਲਦੇਵ ਰਹਿਪਾ ਜੀ ਨੇ ਇਹਨਾਂ ਦਾ ਫੋਨ ਨੰਬਰ ਨੋਟ ਕਰੋ ਬੇਟੇ ਤੈਨੂੰ ਜਦੋਂ ਵੱਧ ਪੈਸਿਆਂ ਦੀ ਲੋੜ ਹੋਵੇ ਜਿੰਨੇ ਤੈਨੂੰ ਮਿਲਦੇ ਆ ਤੂੰ ਘਰੋਂ ਨਹੀਂ ਮੰਗਣੇ ਤੂੰ ਚੋਰੀ ਨਹੀਂ ਕਰਨੀ ਤੂੰ ਰਹਿਪਾ ਜੀ ਨੂੰ ਫੋਨ ਕਰਨਾ ਤੈਨੂੰ ਉਨੇ ਹੀ ਮਿਲਣਗੇ ਹੁਣ ਬੜੀ ਸ਼ਾਂਤੀ ਹੋਈ ਬੜੀ ਖੁਸ਼ੀ ਹੋਈ ਹੁਣ ਆਪਾਂ ਕੀ ਕਹੀਏ ਇਹਨੂੰ ਇੱਕ ਹੋਰ ਕੇਸ ਦੇ ਵਿੱਚੋਂ ਮੈਂ ਤੁਹਾਨੂੰ ਸ਼ੋਅ ਕਰਨਾ ਚਾਹੂੰ ਕਿਉਂਕਿ ਕਈ ਵਾਰੀ ਐਂ ਹੁੰਦਾ ਵੀ ਔਰਤਾਂ ਵਾਲੇ ਭੂਤ ਤਾਂ ਆ ਜਾਂਦੇ ਬੰਦੇ ਵਾਲਾ ਨਹੀਂ ਆਇਆ ਇੱਕ ਕਾਲ ਆਈ ਇਸੇ ਤਰ੍ਹਾਂ ਕਹਿੰਦੇ ਜੀ ਸਾਡੇ ਜਿਹੜੀ ਸਾਡਾ ਗਰਾਜ ਆ ਜਿੱਥੇ ਗੱਡੀ ਖੜਦੀ ਆ ਉਹਦੇ ਗੇਟ 'ਚ ਇੱਕ ਅੱਧਾ ਦਿਨ ਛੱਡ ਕੇ ਗੈਪ ਨਾਲ ਟੂਣਾ ਹੋ ਜਾਂਦਾ ਕੈਨੇਡਾ ਹੀ ਕੈਨੇਡਾ ਹੀ ਕੀ ਹੁੰਦਾ ਜੀ ਟੂਣੇ 'ਚ ਲਲੇਰ ਹੁੰਦਾ ਉੱਤੇ ਖੰਮਣੀ ਬੰਨੀ ਹੁੰਦੀ ਆ ਚੌਲ ਹੁੰਦੇ ਆ ਹਲਦੀ ਹੁੰਦੀ ਆ ਨਿੱਕ ਸੁੱਕ ਜੋ ਟੂਣੇ ਵਾਲਾ ਸਾਡੇ ਪੰਜਾਬ 'ਚ ਹੁੰਦਾ ਉਹੀ ਟੂਣਾ ਉੱਥੇ ਹੁੰਦਾ ਠੀਕ ਆ ਅੱਛਾ ਜੀ ਹੋ ਜਾਂਦਾ ਠੀਕ ਕਿੰਨੇ ਚਿਰ ਤੋਂ ਹੁੰਦਾ ਇਹਦਾ ਜੀ 2-3 ਮਹੀਨੇ ਤੋਂ ਹੁੰਦਾ ਅਸੀਂ ਗਏ ਟੀਮ ਦੇ ਤੌਰ 'ਤੇ ਸਾਰੀ ਫੋਲਾ ਫਾਲੀ ਕੀਤੀ ਫੋਲਾ ਫਾਲੀ ਕਰਨ ਤੋਂ ਹੋਇਆ ਕਿ ਉਸ ਪਰਿਵਾਰ ਦਾ ਟੈਕਸੀ ਦਾ ਕੰਮ ਹੈ ਅੱਛਾ ਘਰ ਦਾ ਜਿਹੜਾ ਮੁਖੀ ਆ ਉਹ ਟੈਕਸੀ ਚਲਾਉਂਦਾ ਪਰ ਸ਼ਰਾਬ ਦਾ ਵੀ ਆਦੀ ਆ ਸ਼ਰਾਬ ਵੀ ਪੀ ਲੈਂਦਾ ਤੇ ਹੁੰਦਾ ਇਹ ਆ ਵੀ ਹਫ਼ਤੇ ਦੀ ਜਿੰਨੀ ਬੱਚਤ ਉਹਦਾ ਖਰਚਾ ਕਾਫੀ ਹੋ ਜਾਂਦਾ ਜਿੰਨੀ ਬੱਚਤ ਹੁੰਦੀ ਆ ਉਹਦੇ 'ਚੋਂ 1-2 ਟਿਕਟਾਂ ਵੀ ਉਹ ਟਿਕਟ ਕਹਿ ਲੈਂਦੇ ਆਪਾਂ ਚਲਾਣ ਕਹਿ ਦਿੰਦੇ ਹਾਂ ਉਹ ਵੀ ਕਰਾ ਲੈਂਦਾ ਕਿਉਂਕਿ ਸ਼ਾਮ ਨੂੰ ਫਿਰ ਉਹ ਪੀ ਕੇ ਮੁੜਦਾ ਤੇ ਘਰਦਿਆਂ ਨੂੰ ਇਹ ਲੱਗਦਾ ਵੀ ਕਮਾਉਂਦਾ ਘੱਟ ਆ ਖਰਾਬ ਵਾਲੇ ਕਰਦਾ ਅਸੀਂ ਕੀ ਕਰਾਂਗੇ ਜਿਹਦੇ 'ਚੋਂ ਕੀ ਆ ਪਰਿਵਾਰ ਦਾ ਸੈਕੰਡ ਮੁਖੀ ਆ ਉਹ ਇਸ ਗੱਲ ਲਈ ਦੁਖੀ ਆ ਵੀ ਯਾਰ ਇਦੋਂ ਤਾਂ ਗੱਡੀ ਖੜੀ ਰਹਿਣ ਦਿਓ ਮੂਹਰੇ ਤਾਂ ਟੂਣਾ ਹੋਇਆ ਵਾ ਗੱਡੀ ਤਾਂ ਨਿਕਲ ਨਹੀਂ ਸਕਦੀ ਵੀ ਖੜੀ ਰਹਿਣ ਦੇ ਇਦੋਂ ਤਾਂ ਅਸੀਂ ਉਹ ਬਿਨਾਂ ਕਮਾਈ ਤੋਂ ਚੰਗੇ ਹਾਂ ਇਹਦੀ ਤੋਂ ਸਾਰੀ ਗੱਲ ਦਾ ਸਿੱਟਾ ਕੀ ਕੱਢਿਆ ਵੀ ਭਾਈ ਦੇਖ ਮੈਂ ਨਹੀਂ ਕਹਿੰਦਾ ਤੂੰ ਛੱਡ ਜਿੱਥੇ ਤੁਸੀਂ ਰਹਿੰਦੇ ਹੋ ਇੱਥੇ ਜਿੰਨਾ ਸਟਰੈਸ ਆ ਕੰਮ ਦੀਆਂ ਹਾਲਤਾਂ ਤੂੰ ਪੀਏਗਾ ਪਰ ਇੱਕ ਗੱਲ ਦੀ ਜੇ ਤੂੰ ਸਹੁੰ ਪਾ ਦੇ ਵੀ ਭਾਈ ਘਰੇ ਆ ਕੇ ਪੈਗ ਲਾਉਣਾ ਤੇ ਉਦੋਂ ਬਾਅਦ ਟੂਣਾ ਨੂੰ ਇਹ ਸਾਡੀ ਜ਼ਿੰਮੇਵਾਰੀ ਹੈ ਕਰਨ ਵਾਲੇ ਨੂੰ ਅਸੀਂ ਕੁਛ ਨਹੀਂ ਕਿਹਾ ਕਰਨ ਮੈਂ ਜਿਹੜੀ ਗੱਲ ਪਹਿਲਾਂ ਕਰਦਾ ਕਰਨ ਵਾਲੇ ਦਾ ਤਰੀਕਾ ਤਾਂ ਗਲਤ ਹੋ ਸਕਦਾ ਉਹਦਾ ਜਿਹੜਾ ਸਿੱਟਾ ਹੁੰਦਾ ਆਪਾਂ ਕਹਿੰਦੇ ਹੁੰਦੇ ਹਾਂ ਆਂਤਰੀ ਭਾਵ ਹੁੰਦਾ ਉਹਦਾ ਗਲਤ ਨਹੀਂ ਸੀ ਤੇ ਮਸਲਾ ਸੁਲਝ ਗਿਆ ਸੋ ਆਪਾਂ ਐਂ ਕਹਿਣਾ ਹੋਵੇ ਵੀ ਜਦੋਂ ਇੱਥੋਂ ਵਾਲੀਆਂ ਗੱਲਾਂ ਇੱਥੋਂ ਵਾਲਾ ਕਲਚਰ ਉੱਥੇ ਤਾਂ ਹੁਣ ਜਿਹੜਾ ਐਂ ਕਹਿ ਲਾ ਮਾਪੇ ਵੀ ਤੇ ਯੂਥ ਵੀ ਦੋਨੇ ਉੱਥੇ ਪੀੜਤ ਆ ਮਾਪੇ ਇਸ ਕਰਕੇ ਪੀੜਤ ਆ ਕਿ ਅਸੀਂ ਤਾਂ ਬੱਚਿਆਂ ਨੂੰ ਸੈੱਟ ਕਰਨ ਵਾਸਤੇ ਇੱਥੇ ਲਿਆਏ ਸੀ ਬਿਲਕੁਲ ਬੱਚੇ ਹੋ ਗਏ ਸੈੱਟ ਤਾਂ ਤੇ ਬੱਚੇ ਤਾਂ ਮਨ ਮਰਜ਼ੀ ਕਰਦੇ ਆਖੇ ਤਾਂ ਲੱਗਦਾ ਹੀ ਕੋਈ ਨਹੀਂ ਤਾਂ ਬੁੜੇ ਬੁੜੀ ਨੂੰ ਸਮਝਦੇ ਹੀ ਕੁਛ ਨਹੀਂ ਤੇ ਬੱਚੇ ਇਸ ਕਰਕੇ ਦੁਖੀ ਆ ਵੀ ਅਸੀਂ ਇੰਡੀਆ ਤੋਂ ਚੱਲ ਕੇ ਕੈਨੇਡਾ ਵੀ ਆ ਗਏ ਤੇ ਬੁੜੇ ਬੁੜੀ ਦਾ ਸਾਡੇ ਤੇ ਹਬਕ ਦਬਕ ਹਜੇ ਉਵੇਂ ਚੱਲੀ ਜਾਂਦਾ ਇਹ ਸਾਨੂੰ ਆਜ਼ਾਦ ਆਪਾਂ ਕਹਿ ਲਓ ਖੁਸ਼ੀ ਨਾਲ ਜਿਉਣ ਕੋਈ ਨਹੀਂ ਦਿੰਦੇ ਜਾਣੀ ਅਸਲ ਗੱਲ ਇੱਥੇ ਖੜੀ ਹੈ ਭੂਤਾਂ ਨਾ ਉੱਥੇ ਆ ਨਾ ਇੱਥੇ ਆ ਕਿਉਂਕਿ ਤਰਕਸ਼ੀਲ ਸੋਸਾਇਟੀ ਦਾ ਤਾਂ ਚੈਲੰਜ ਹੈ ਵੀ ਪੂਰੇ ਬ੍ਰਹਿਮੰਡ ਦੇ ਅੰਦਰ ਜਿੱਥੇ ਤੱਕ ਵੀ ਮਨੁੱਖੀ ਵਸੋਂ ਹੈ ਮਰੇ ਹੋਏ ਬੰਦੇ ਦਾ ਭੂਤ ਕਿਤੇ ਵੀ ਐਗਜਿਸਟ ਨਹੀਂ ਕਰਦਾ ਦੋਸਤੋ ਗੱਲਬਾਤ ਜਿਹੜੀ ਆਪਣੀ ਚੱਲ ਰਹੀ ਹੈ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਆਪਣਾ ਵਿਸ਼ਾ ਉਹ ਥੋੜ੍ਹਾ ਟਾਈਮ ਆਪਾਂ ਇਸ ਵਿਸ਼ੇ 'ਤੇ ਗੱਲਬਾਤ ਕਰਾਂਗੇ ਜਿੰਨੀ ਵੀ ਗੱਲਬਾਤ ਭਦੌੜ ਸਾਹਿਬ ਦੇ ਨਾਲ ਆਪਣੀ ਹੋਵੇਗੀ ਉਹ ਹੈ ਭੂਤਾਂ ਦਾ ਭੂਤਾਂ ਦਾ ਵਿਸ਼ਾ ਜਿਹੜਾ ਆਮ ਕਰਕੇ ਆਪਾਂ ਦੇਖਦੇ ਹਾਂ ਇਸ ਵਿਸ਼ੇ ਦੇ ਉੱਪਰ ਗੱਲਬਾਤ ਹੁੰਦੀ ਵੀ ਹੈ ਪਰ ਬਹੁਤ ਘੱਟ ਹੁੰਦੀ ਹੈ ਭਦੌੜ ਸਾਹਿਬ ਇੱਕ ਜਿਹੜੀ ਆਮ ਪਿੰਡਾਂ ਦੇ ਵਿੱਚ ਚਰਚਾ ਹੁੰਦੀ ਹੈ ਵੀ ਫਲਾਨੇ ਪਰਿਵਾਰ ਦੇ ਵਿੱਚ ਇੱਕ ਨੌਜਵਾਨ ਮੁੰਡਾ ਮਰ ਗਿਆ ਸੀ ਜੀ ਜਾਂ ਉਹਨਾਂ ਦੀ ਨੌਜਵਾਨ ਮੁਟਿਆਰ ਧੀ ਮਰ ਗਈ ਸੀ ਉਹ ਘਰ ਵਾਲੇ ਘਰ ਛੱਡ ਕੇ ਜਾਂ ਤਾਂ ਬਾਹਰ ਚਲੇ ਗਏ ਜਾਂ ਘਰ ਵੇਚ ਗਏ ਉਹ ਘਰ ਦੇ ਬਾਅਦ ਦੇ ਵਿੱਚ ਜਦੋਂ ਕੋਈ ਕਿਰਾਏਦਾਰ ਆਉਂਦਾ ਉੱਥੇ ਜਾਂ ਕੋਈ ਘਰ ਖਰੀਦਦਾ ਆਮ ਹੀ ਆਪਾਂ ਵੇਖਦੇ ਉਹ ਘਰ ਦਾ ਛੱਪਾ ਜਿਹਾ ਪੈ ਜਾਂਦਾ ਵੀ ਯਾਰ ਉਹ ਫਲਾਨੇ ਘਰ 'ਚ ਨਹੀਂ ਰਹਿਣ ਦਿੰਦਾ ਬਹੁਤਾ ਟਾਈਮ ਉਹ ਕਿਸੇ ਨੂੰ ਉੱਥੇ ਰਾਤ ਨੂੰ ਰੋੜੇ ਵੱਜਦੇ ਆ ਉੱਥੇ ਰਾਤ ਨੂੰ ਗੇਟ ਖੜਕਦੇ ਆ ਉੱਥੇ ਰਾਤ ਨੂੰ ਕੁਛ ਨਾ ਕੁਛ ਦਿਸਦਾ ਸਾਡੇ ਬੱਚੇ ਨਹੀਂ ਸੌਂਦੇ ਖਾਸ ਕਰਕੇ ਉਹ ਬੰਦਿਆਂ ਨੂੰ ਠੀਕ ਆ ਕਿਉਂਕਿ ਉਹ ਤਾਂ ਸ਼ਾਇਦ ਮੇਰਾ ਖਿਆਲ ਪੈਗ ਪੁੱਗ ਲਾ ਕੇ ਜਿਵੇਂ ਤੁਸੀਂ ਦੱਸਦੇ ਸੌਂ ਜਾਂਦੇ ਹੋਣਗੇ ਅਤੇ ਔਰਤਾਂ ਨੂੰ ਨਹੀਂ ਉਹ ਟਿਕਣ ਦਿੰਦਾ ਸਾਰੀ ਰਾਤ ਜੀ ਇਹ ਭੂਤ ਕਿਹੜਾ ਹੁੰਦਾ ਗਾ ਗੱਲ ਇਹ ਹੈ ਕਿ ਸਾਨੂੰ ਸੰਸਕਾਰ ਕਿਹੋ ਜਿਹੇ ਮਿਲੇ ਆ ਬਚਪਨ ਤੋਂ ਵੀ ਇੱਕ ਮਨੁੱਖ ਹੈ
ਇਹਦੇ 'ਚ ਆਤਮਾ ਹੁੰਦੀ ਹੈ, ਜਦੋਂ ਮਰਦੀ ਹੈ ਬਾਹਰ ਨਿਕਲਦੀ ਹੈ ਉਹੀ, ਜਿਵੇਂ ਇਹਦਾ ਭੂਤ ਬਣਦਾ ਜਿਹਦੀ ਗਤੀ ਨਹੀਂ ਹੁੰਦੀ, ਇਹ ਸਿਲਸਿਲਾ ਚੱਲਦਾ ਰਹਿੰਦਾ। ਤੁਸੀਂ ਭੂਤਾਂ ਵਾਲੀ ਕੋਠੀ ਤਲਵੰਡੀ ਸਾਬੋ ਵਾਲੀ ਸੁਣੀ ਹੋ, ਮਸ਼ਹੂਰ ਜੀ ਜੀ, ਵੇਖਿਆ ਇਹ ਗਿਆ ਸੀ ਪੜਤਾਲਾਂ ਇਸ ਤਰ੍ਹਾਂ ਦੀਆਂ ਜਦੋਂ ਕਰਦੇ ਹਾਂ। ਕਾਫੀ ਪਹਿਲਾਂ ਇੱਕ ਕੇਸ ਆਇਆ ਸੀ ਜਦੋਂ ਸੁਸਾਇਟੀ ਬਣੀ ਬਣੀ ਆ, ਬਹੁਤ ਹਾਈਲਾਈਟ ਫਲਾਹ ਹੋਇਆ ਜੀ ਜੀ। ਸਾਨੂੰ ਕਹਿੰਦੇ ਵੀ ਇੱਕ ਸਰਦੂਲਗੜ੍ਹ ਟਰੈਕਟਰ ਆ, ਫੋਰਡ ਟਰੈਕਟਰ ਉਹਨੂੰ ਮਸ਼ਹੂਰ ਹੁੰਦਾ ਸੀ, ਇਹ ਗੱਲ ਤਕਰੀਬਨ 90ਵਿਆਂ ਦੀ ਆ, 88 ਜਾਂ 99 ਦੀ ਆ। ਕਹਿੰਦੇ ਜਦੋਂ ਬੰਦਾ ਉਹਦੇ ਕੋਲ ਜਾਂਦਾ ਆਪੇ ਸਟਾਰਟ ਹੋ ਜਾਂਦਾ ਟਰੈਕਟਰ। ਅੱਛਾ, ਅਸੀਂ ਗਏ ਪਤਾ ਪਤਾ ਲਾ ਕੇ, ਹੌਲੀ ਹੌਲੀ ਪੁੱਛਿਆ ਘਰਦਿਆਂ ਨੂੰ ਵੀ ਟਰੈਕਟਰ ਬਕਾਊ ਆ, ਕਹਿੰਦੇ ਵੀ ਹਾਂ ਬਕਾਊ ਆ। ਅਸੀਂ ਆਖਿਆ ਵੀ ਸਟਾਰਟ ਹੋਣ ਵਾਲੀ ਕੀ ਗੱਲ ਆ, ਸਾਨੂੰ ਤਾਂ ਇਹ ਸੀ ਨਾ ਵੀ ਬਿਨਾਂ ਬੈਟਰੀ ਤੋਂ ਬਿਨਾਂ ਡੀਜ਼ਲ ਤੋਂ ਸਟਾਰਟ ਹੁੰਦਾ, ਇੱਦੂ ਹੋਰ ਕੀ ਚਾਹੀਦਾ, ਕਿਸੇ ਭਾਵ ਮਿਲ ਜੇ। ਬਿਲਕੁਲ। ਕਹਿੰਦੇ ਜੀ ਆਹ ਤਾਂ ਕੋਈ ਗੱਲ ਨਹੀਂ, ਇਹ ਤਾਂ ਕਿਸੇ ਨੇ ਮਸਾਲਾ ਮਸੂਲਾ ਲਾਤਾ ਹੋਊ। ਸਾਰੀ ਗੱਲ ਸਮਝ ਆ ਗਈ ਕਿ ਉਹਨੂੰ ਸਸਤਾ ਬਕਾਉਣ ਖਰੀਦਣ ਖਾਤਰ ਇੱਕ ਮਾਨਸਿਕਤਾ ਡਿਵੈਲਪ ਲੋਕਾਂ ਨੂੰ ਦੂਰ ਕੀਤੀ। ਆਈ ਉਹ ਤਲਵੰਡੀ ਸਾਬੋ ਵਾਲੀ ਕੋਠੀ ਦਾ, ਉਹ ਭੂਤਾਂ ਵਾਲੀ ਕੋਠੀ ਦੇ ਨਾਂ ਨਾਲ ਮਸ਼ਹੂਰ ਹੈ ਜੀ। ਜਦੋਂ ਅਸੀਂ ਉਹਦੀ ਪੜਤਾਲ ਕੀਤੀ, ਸਾਡੇ ਮੈਂਬਰ 2 ਵਾਰੀ ਉੱਥੇ ਰਾਤਾਂ ਨੂੰ ਸੌਂ ਲਏ ਜੀ। ਜਦੋਂ ਅਸੀਂ ਪੜਤਾਲ ਕੀਤੀ ਤਾਂ ਉਹ ਗੈਰ ਸਮਾਜੀ ਅਨਸਰਾਂ ਦਾ ਅੱਡਾ ਬਣਿਆ ਹੋਇਆ ਸੀ। ਉੱਥੇ ਹਰ ਦੂਜੇ ਚੌਥੇ ਦਿਨ ਨਸ਼ਿਆਂ ਵਾਲੀਆਂ ਸਰਿੰਜਾਂ ਮਿਲਦੀਆਂ ਸੀ, ਚਿੱਟੇ ਵਾਲੇ ਉਹ ਕਾਗਜ਼ ਮਿਲਦੇ ਸੀ, ਅਤੇ ਇਦੋਂ ਵੀ ਬਿਨਾਂ ਜਿਵੇਂ ਸਾਨੂੰ ਜਿਹੜੇ ਨਾਲ ਦੇ ਰਹਿਣ ਵਾਲੇ ਉੱਥੇ ਨੇੜੇ ਨੇੜੇ ਲੋਕ ਰਹਿੰਦੇ ਆ, ਉਹਨਾਂ ਨੇ ਵੀ ਦੱਸਿਆ ਵੀ ਇੱਥੇ ਤਾਂ ਜੀ ਤੀਜੇ ਚੌਥੇ ਦਿਨ ਗੱਡੀ ਆਉਂਦੀ ਆ, ਜਨਾਨੀ ਬਾਜੀ ਹੁੰਦੀ ਆ, ਹੋਰ ਬਹੁਤ ਕੁਛ ਹੁੰਦਾ। ਇੱਕ ਜਿਹੜਾ ਫੈਕਟਰ ਇਹ ਆ, ਦੂਜਾ ਫੈਕਟਰ ਹੈਗਾ ਉਹ ਪ੍ਰੋਪਰਟੀ ਦੀ ਸੇਲ ਪਰਚੇਜ ਨਾਲ ਸੰਬੰਧਿਤ ਆ ਕਿ ਇਹ ਘਰ ਇਸ ਤਰ੍ਹਾਂ ਕਰਕੇ ਪਹਿਲਾਂ ਤੋਂ ਹੀ ਇਹ ਜਗ੍ਹਾ ਜਿਹੜੀ ਆ ਮਾੜੀ ਆ, ਉਹਨੂੰ ਅੱਗੇ ਦੀ ਅੱਗੇ ਸਸਤੀ ਲੈਣ ਅਤੇ ਵੇਚਣ ਦਾ ਸਿਲਸਿਲਾ ਵੀ ਹੁੰਦਾ। ਅਤੇ ਇਦੋਂ ਵੀ ਅਗਲੀ ਗੱਲ, ਕਈ ਵਾਰੀ ਇਹ ਹੁੰਦਾ ਵੀ ਕਿਸੇ ਘਰ ਦੇ ਵਿੱਚ ਕੋਈ ਜਿਹਨੂੰ ਆਉਣ ਆਈ ਮੌਤ ਕਹਿ ਲੈਂਦੇ ਆ, ਉਮਰ ਤੋਂ ਪਹਿਲਾਂ ਆਈ ਮੌਤ, ਐਕਸੀਡੈਂਟ ਹੋ ਗਿਆ, ਕੋਈ ਬਿਮਾਰੀ ਇਹੋ ਜਿਹੀ ਲੱਗੀ, ਕੋਈ ਖੁਦਕੁਸ਼ੀ ਕਰ ਗਿਆ ਕਿਸੇ ਢੰਗ ਨਾਲ ਹੀ ਕਰ ਗਿਆ, ਵੀ ਉਹਦੀ ਜਿਹੜੀ ਆਤਮਾ ਉਹ ਮਰ ਗਿਆ ਸੀ, ਉਹ ਆਤਮਾ ਇੱਥੇ, ਉਹ ਤਾਂ ਇੱਥੇ ਕਿਸੇ ਨੂੰ ਵਸਣ ਨਹੀਂ ਦਿੰਦੀ। ਉਹਦਾ ਮਤਲਬ ਇੱਕੋ ਹੀ ਹੁੰਦਾ, ਇੱਕ ਤਾਂ ਮਾਨਸਿਕ ਡਰ ਹੋ ਸਕਦਾ ਸਿੱਧਾ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਸਿਰਫ ਮਨੋਵਿਗਿਆਨਕ ਗੱਲ ਹੈ, ਸਾਡਾ ਤਾਂ ਸਗੋਂ ਡਿਕਲੇਅਰ ਕੀਤਾ ਹੁੰਦਾ ਵੀ ਜੇ ਕੋਈ ਇਹੋ ਜਿਹੀ ਗੱਲ ਹੈ ਵੀ ਉਹ ਕੋਈ ਇਹੋ ਜਿਹੀ ਜਗ੍ਹਾ ਹੈ ਤਾਂ ਉਹ ਸਾਨੂੰ ਉਹ ਅਗਲਾ ਦੇ ਸਕਦਾ ਸੀ। ਇਹ ਨਹੀਂ ਕਿ ਅਸੀਂ ਸਸਤੀ ਲੈਣ ਦੀ ਗੱਲ ਕਰਾਂਗੇ, ਅਸੀਂ ਉਹਦਾ ਪ੍ਰੋਪਰ ਜਿਹੜਾ ਹੈਗਾ ਉਹਦਾ ਰੇਟ ਆ ਉਹ ਦਵਾ ਸਕਦੇ ਹਾਂ। ਇਹ ਗੱਲ ਲੈਣ ਵਾਲੇ ਦੇ ਮਨ 'ਚੋਂ ਵੀ ਕੱਢ ਕੇ, ਦੇਣ ਵਾਲੇ ਦੇ ਮਨ 'ਚੋਂ ਕੱਢ ਕੇ, ਇੱਥੇ ਅਜਿਹੀ ਗੱਲ ਨਹੀਂ ਹੈ। ਦੂਜੀ ਗੱਲ ਹੁੰਦੀ ਆ ਕਿ ਉਹੋ ਜਿਹੀ ਜਗ੍ਹਾ 'ਤੇ ਕੋਈ ਵਿਅਕਤੀ ਪੀੜਤ ਹੈ ਜੀ, ਅੱਜ ਕੋਈ ਵਿਅਕਤੀ ਪਹਿਲਾਂ ਵੇਚ ਕੇ ਗਿਆ, ਫਿਰ ਹੀ ਨਵਾਂ ਪਰਿਵਾਰ ਆਇਆ, ਨਵੇਂ ਪਰਿਵਾਰ ਦੇ ਵਿੱਚ ਕੋਈ ਬੰਦਾ ਮਾਨਸਿਕ ਤੌਰ 'ਤੇ ਖੰਡਾ ਦਾ ਸ਼ਿਕਾਰ ਹੋਇਆ, ਉਹ ਉੱਥੇ ਰਹਿਣਾ ਨਹੀਂ ਚਾਹੁੰਦਾ ਜਾਂ ਉਸ ਪਰਿਵਾਰ ਦੇ ਇਕੱਠ 'ਚ ਨਹੀਂ ਰਹਿਣਾ ਚਾਹੁੰਦਾ, ਉੱਥੇ ਕੀ ਹੁੰਦਾ, ਉੱਥੇ ਇਹੋ ਜਿਹੀ ਗੱਲ ਬਹੁਤ ਕਾਰਗਰ ਸਾਬਤ ਹੁੰਦੀ ਹੈ। ਉਹਨੂੰ ਤਾਂ ਕਈ ਵਾਰੀ ਫਾਇਦਾ ਹੀ ਹੋ ਜਾਂਦਾ ਵੀ ਇੱਥੇ ਤਾਂ ਜੀ ਉਹ ਚੀਜ਼ ਆ, ਦੇਖੋ ਉਹ ਤਾਂ ਤੰਗ ਕਰਦੀ ਆ, ਉਹ ਤਾਂ ਰਹਿਣ ਨਹੀਂ ਦਿੰਦੀ, ਅਤੇ ਜਿਹਦੇ ਕਰਕੇ ਕੀ ਹੈ ਵੀ ਆਪਾਂ ਫਿਰ ਇਹ ਘਰ ਬਦਲ ਲਓ, ਜਾਂ ਕੀ ਹੁੰਦਾ ਵੀ ਕੋਈ ਕਿਸੇ ਨੇ ਘਰ ਬਦਲਿਆ, ਨਵੇਂ ਘਰ 'ਚ ਗਿਆ, ਕੋਈ ਕਾਰੋਬਾਰ ਸ਼ੁਰੂ ਕੀਤਾ, ਉਹ ਸ਼ੁਰੂ ਕਰਨ ਦੇ ਵਿੱਚ ਉਹ ਫੇਲ ਹੋ ਗਿਆ ਜੀ, ਤਾਂ ਉਹ ਗੱਲ ਸਾਡੇ ਇੱਕ ਪੰਜਾਬੀਆਂ ਦਾ ਸੁਭਾਅ, ਭਾਰਤੀਆਂ ਦਾ ਹੀ ਸੁਭਾਅ, ਅਸੀਂ ਕਿਸੇ ਕੰਮ ਨੂੰ ਸਫਲ ਜਾਂ ਅਸਫਲ ਹੋਣ ਵੇਲੇ ਉਹਦੇ 'ਚੋਂ ਨਹੀਂ ਉਹਦੇ ਕਾਰਨ ਲੱਭਦੇ ਵੀ ਸਫਲ ਕਿਉਂ ਹੋਇਆ, ਅਸਫਲ ਕਿਉਂ ਹੋਇਆ। ਅਸੀਂ ਫਿਰ ਕੀ ਸੋਚਦੇ ਹਾਂ ਵੀ ਕਿਤੇ ਘਰ ਤਾਂ ਨਹੀਂ ਮਾੜਾ, ਕਿਤੇ ਲੋਹਾ ਤਾਂ ਨਹੀਂ ਮਾੜਾ ਖਰੀਦ ਲਿਆ, ਕਿਤੇ ਆਹ ਚੀਜ਼ ਤਾਂ ਨਹੀਂ ਘਰੇ ਆ ਗਈ, ਜਿਵੇਂ ਅਕਸਰ ਹੁੰਦਾ ਵੀ ਘਰੇ ਕਿਸੇ ਦਾ ਜਨਮ ਹੋਏ ਤੋਂ, ਇਹ ਵੀ ਬਹੁਤ ਕਰਮਾਂ ਵਾਲਾ ਆ ਗਿਆ, ਜਦੋਂ ਦਾ ਇਹ ਆਇਆ ਉਦੋਂ ਦੇ ਦਿਨ ਸਿੱਧੇ ਹੋ ਗਏ, ਐਂ ਉਲਟ ਚੱਲਦਾ। ਔਰ ਜਦੋਂ ਦੀ ਗੱਡੀ ਲਈ ਹੈ ਨਾ, ਇਹ ਲੋਹਾ ਮਾੜਾ ਆ ਗਿਆ, ਇਹ ਬਸ ਉਦੋਂ ਦਾ ਹੱਥ ਪਿੱਛੇ ਨੂੰ ਜਾਂਦਾ, ਘਾਟੇ 'ਚ ਹੀ ਜਾਂਦੇ ਹਾਂ। ਦੂਜੀਆਂ ਗੱਲਾਂ ਇਹ ਵੀ ਇਸ ਤਰ੍ਹਾਂ ਦਾ ਜਿਹੜਾ ਸਾਡੇ ਮਨਾਂ 'ਚ ਬਣਿਆ ਹੁੰਦਾ ਉਹ ਚੱਲਦਾ। ਮੈਂ ਨਿੱਕੀ ਜਿਹੀ ਗੱਲ ਹੀ ਹੈ, ਜੇ ਐਂ ਕਹਿਣਾ ਹੋਵੇ, ਜਿਹੜਾ ਮਕਾਨ 'ਚ ਆਪਾਂ ਹੁਣ ਬੈਠੇ ਆਏ ਹਾਂ, ਮੇਰਾ ਜਿਹਦੇ 'ਚ ਮੈਂ ਰਹਿੰਦਾ, ਇਹ ਮਕਾਨ ਵੀ 8-9 ਸਾਲ ਅੱਛਾ ਵਿਹਲਾ ਪਿਆ ਰਿਹਾ, ਬਾਹਰ ਗੇਟ 'ਤੇ ਬਕਾਊ ਹੈ ਲਿਖਿਆ ਹੋਇਆ ਸੀ, ਲੈ ਨਹੀਂ ਸੀ ਰਹੇ ਲੋਕ, ਕੋਈ ਲੈ ਨਹੀਂ ਸੀ ਰਿਹਾ। ਉਹਦੇ ਕਾਰਨ ਫੈਲਾਏ ਹੋਏ ਤਾਂ ਉਹ ਸੀ ਵੀ ਜਿਹੜਾ ਇੱਥੇ ਰਹਿੰਦਾ ਉਹ ਉੱਜੜ ਜਾਂਦਾ, ਵਸਦਾ ਨਹੀਂ ਹੈ, ਵਸਦਾ ਨਹੀਂ। ਕਾਰਨ ਕੁਛ ਨਹੀਂ ਸੀ, ਜਦੋਂ ਅਸੀਂ ਵਿਗਿਆਨਕ ਤੌਰ 'ਤੇ ਸੈਂਟੀਫਿਕਲੀ ਉਹਦੀ ਪੜਤਾਲ ਕਰਦੇ ਹਾਂ ਵੀ ਉਹ ਘਰ ਜਿਹਨੇ ਉਹ ਘਰ ਬਣਾਇਆ ਉਹਦੀ ਅੱਧੀ ਜਗ੍ਹਾ ਪਹਿਲਾਂ ਸੀ, ਛੋਟੇ ਛੋਟੇ 4-5 ਘਰ ਹੋਰ ਸੀ, ਉਹਨਾਂ ਨੂੰ ਪੂਰੇ ਪੈਸੇ ਦੇ ਕੇ ਓਕੇ ਮਲਵਾ ਉਹਨਾਂ ਘਰਾਂ ਦਾ ਦੇੜ ਕੇ ਉਹਨਾਂ ਨੂੰ ਸੌਂਪ ਕੇ ਉਹਨੇ ਉਹ ਜਗ੍ਹਾ ਮੁੱਲ ਖਰੀਦ ਲਈ, ਖਰੀਦ ਲਈ, ਕੋਈ ਕਸੂਰ ਨਹੀਂ। ਜਿਹੜੇ 4 ਘਰ ਉੱਥੋਂ ਉੱਠ ਕੇ ਆਪਦਾ ਨਵਾਂ ਘਰ ਪਾ ਲਿਆ ਜਿਨ੍ਹਾਂ ਨੇ, ਉਹਦੇ 'ਚ ਜਗ੍ਹਾ ਦਾ ਕੋਈ ਕਸੂਰ ਨਹੀਂ। ਉਸ ਤੋਂ ਬਾਅਦ ਉਹ ਪਰਿਵਾਰ ਕੈਨੇਡਾ ਚਲਿਆ ਜਾਂਦਾ, ਸੈਟਲ ਹੋ ਜਾਂਦਾ। ਹੁਣ ਆਪਾਂ ਇਹਨੂੰ ਉੱਜੜ ਗਿਆ ਕਿਵੇਂ ਕਹੀਏ, ਬਿਲਕੁਲ। ਅਤੇ ਮੈਨੂੰ ਇਹ ਲੱਗਦਾ ਅੱਜ ਦੇ ਜ਼ਮਾਨੇ 'ਚ ਇਹ ਉਸ ਵੇਲੇ 16 ਲੱਖ ਦਾ ਸੌਦਾ, 2.25 ਕਰੋੜ ਜਗ੍ਹਾ 'ਚੋਂ ਬਣਿਆ ਪਿਆ ਸਾਰਾ, ਅਤੇ ਮੈਨੂੰ ਲੱਗਦਾ ਵੀ ਜੇ ਇਹੋ ਜਿਹੀ ਗੱਲ ਨਾ ਚੱਲਦੀ ਹੁੰਦੀ ਸ਼ਾਇਦ ਇਹ 20-30 'ਤੇ ਜਾ ਵੜਦਾ ਕੰਮ। ਅਤੇ ਅੱਛਾ, ਹੋਰ ਕਮਾਲ ਦੀ ਗੱਲ, ਜਿੱਥੇ ਕੁਛ ਨਾ ਕੁਛ ਹੋਰ ਪਿਆ ਹੁੰਦਾ, ਜਦੋਂ ਅਸੀਂ ਉਹ ਖਰੀਦ ਕੇ ਉੱਥੇ ਰਹਿਣ ਲੱਗਦੇ ਹਾਂ ਤਾਂ ਕੀ ਹੁੰਦਾ, ਹਫ਼ਤੇ 'ਚ 1-2 ਦਿਨ ਕਦੇ ਗੇਟ ਦੇ ਨੇੜੇ ਗੁਲਗੁਲੇ ਡਿੱਗੇ ਹੁੰਦੇ ਆ, ਅੱਛਾ, ਕਦੇ ਬਦਾਮ ਡਿੱਗੇ ਹੁੰਦੇ ਆ, ਕਦੇ ਚੌਲ ਡਿੱਗੇ ਹੁੰਦੇ ਆ, ਕਦੇ ਕਾਜੂ ਦੇ ਟੁਕੜੇ ਪਏ ਹੁੰਦੇ ਆ। ਪਰਿਵਾਰ ਸੋਚਦਾ ਵੀ ਆਹ ਆਉਂਦਾ ਕੁਛ, ਕਿਉਂਕਿ ਸਾਰੇ ਪਰਿਵਾਰ ਹੀ ਇੱਦਾਂ ਦਾ, ਕਹਿੰਦੇ ਵੀ ਕੀ ਲੱਗਦਾ,
ਮਖਾ ਖੁਸ਼ ਹੋਵੇ ਨਾ ਹੋਵੇ, ਘਰੋਂ ਜਾਵੇ ਨਾ ਕੁਛ, ਆਉਂਦਾ ਆਈ ਜਾਣ ਤੋਂ ਕਿੰਨਾ ਕੁ ਚਿਰ ਲਿਆਊ ਅਗਲਾ? ਗੁਲਗੁਲੇ ਪਕਾਉਣੇ ਸੌਖੇ ਆ, ਕਾਜੂ ਖਰੀਦਣੇ, ਬਦਾਮ ਖਰੀਦਣੇ ਸੌਖੇ ਆ, ਤੁਸੀਂ ਹੈਰਾਨ ਹੋਵੋਗੇ ਮਹੀਨੇ ਕੁ ਬਾਅਦ ਹਟ ਗਿਆ। ਫਿਰ ਅਸੀਂ ਉਹਦਾ ਐਨਾਲਿਸਿਸ ਕੀਤਾ, ਕਿਉਂ? ਕਿਉਂਕਿ ਸਾਡੇ ਕੋਲ ਪੰਜ ਚਾਰ ਗਾਹਕ ਆਏ ਸੀ ਸੌਦਾ ਹੋਣ ਤੋਂ ਬਾਅਦ। ਉਹ ਕਹਿੰਦੇ ਸੀ ਤੁਸੀਂ ਰਜਿਸਟਰੀ ਤੋਂ ਪਹਿਲਾਂ ਵੀ ਤੁਸੀਂ ਆਹ ਇੰਨਾ ਹੋਰ ਲੈ ਲਓ, ਮੁਨਾਫਾ ਲੈ ਲਓ, 2 ਲੱਖ ਲੈ ਲਓ, 3 ਲੱਖ ਲੈ ਲਓ, 4 ਲੱਖ ਲੈ ਲਓ, ਅੱਗੇ ਵੀ ਸੇਲ ਕਰ ਲਓ। ਆਪਾਂ ਤਾਂ ਕਰਨਾ ਹੀ ਨਹੀਂ ਸੀ, ਆਪਾਂ ਤਾਂ ਰਹਿਣ ਵਾਸਤੇ ਲਿਆ। ਫਿਰ ਉਹ ਐਨਾਲਿਸਿਸ ਚੋਂ ਇਹ ਨਿਕਲਿਆ ਵੀ ਆਪਾਂ ਨੂੰ ਕਿਸੇ ਦਾ ਠਾਉਣ ਦਾ ਮਨਸ਼ਾ। ਹੁਣ ਤੁਸੀਂ ਸਮਝ ਕੇ ਹੋਵੋਗੇ ਕਿ ਭੂਤਾਂ ਕੁਛ ਘਰਾਂ ਦੇ ਵਿੱਚ ਕਿਉਂ ਪ੍ਰਗਟ ਹੋ ਜਾਂਦੀਆਂ, ਕਿਹੜੀਆਂ ਹੁੰਦੀਆਂ। ਅੱਛਾ ਭਦੌੜ ਸਾਹਿਬ, ਇੱਥੇ ਮੇਰੇ ਮਨ ਦੇ ਵਿੱਚ ਇੱਕ ਚੀਜ਼ ਜਿਹੜੀ ਉਹ ਆ ਰਹੀ ਹੈ ਕਿ ਜਿਵੇਂ ਅੱਜ ਕੱਲ੍ਹ ਤਾਂ ਜ਼ਮਾਨਾ, ਚਲੋ ਬਹੁਤ ਸੋਸ਼ਲ ਮੀਡੀਆ ਦਾ, ਇੰਟਰਨੈਟ ਦਾ ਯੁੱਗ ਆ, ਹੁਣ ਤਾਂ ਇੱਥੋਂ ਗੱਲ ਕਈ 7 ਸਮੁੰਦਰੋਂ ਪਾਰ ਬਿੰਦ ਚਲੀ ਜਾਂਦੀ ਹੈ। ਪਹਿਲਾਂ ਜ਼ਮਾਨੇ ਹੁੰਦੇ ਸੀ ਰੁਕੇ ਲੈ ਕੇ ਚਿੱਠੀਆਂ ਰਾਹੀਂ ਜਾਂ ਕਿਵੇਂ ਤੁਰ ਫਿਰ ਕੇ ਘੋੜਿਆਂ ਰਾਹੀਂ ਸੁਨੇਹਾ ਭੇਜਿਆ ਜਾਂਦਾ ਸੀ। ਉਦੋਂ ਸੰਸਕ੍ਰਿਤੀ ਮੇਰਾ ਖਿਆਲ ਹੈ ਇੱਕ ਸੰਸਕ੍ਰਿਤੀ ਦੂਸਰੀ ਸੰਸਕ੍ਰਿਤੀ ਤੱਕ ਪਹੁੰਚਣ 'ਚ, ਇੱਥੋਂ ਦੇ ਸੰਸਕਾਰ ਉੱਥੇ ਪਹੁੰਚਣ ਤੱਕ, ਉੱਥੋਂ ਦੀਆਂ ਗੱਲਾਂ ਇੱਥੇ ਪਹੁੰਚਣ ਤੱਕ ਸਮਾਂ ਲੱਗਦਾ ਸੀ, ਟਾਈਮ ਲੱਗਦਾ ਸੀ। ਜਦੋਂ ਆਪਾਂ ਥੋੜ੍ਹੀ ਜਿਹੀ ਝਾਕ ਮਾਰਦੇ ਹਾਂ, ਦੇਖਦੇ ਹਾਂ ਚਾਈਨਾ ਵੱਲ, ਯੂਰਪ ਵੱਲ, ਪੱਛਮ ਦੇ ਹੋਰ ਮੁਲਕਾਂ ਵੱਲ ਜਾਂ ਅਰਬ ਦੇਸ਼ਾਂ ਵੱਲ, ਉੱਥੇ ਵੀ ਭੂਤਾਂ ਦਾ ਬੋਲਬਾਲਾ ਜਿਹੜਾ ਉੱਥੋਂ ਦੇ ਲੋਕਾਂ ਦੇ ਵਿੱਚ, ਉੱਥੋਂ ਦੀਆਂ ਫਿਲਮਾਂ ਦੇ ਵਿੱਚ, ਉੱਥੋਂ ਦੀਆਂ ਕਿਤਾਬਾਂ ਦੇ ਵਿੱਚ ਵੇਖਣ ਸੁਣਨ ਨੂੰ ਕਿਤੋਂ ਨਾ ਕਿਤੋਂ ਗੂਗਲ 'ਤੇ ਵੀ ਆਪਾਂ ਨੂੰ ਮਿਲ ਜਾਂਦਾ ਵੀ ਯਾਰ ਉਹ ਵੀ ਲੋਕ ਵਿਸ਼ਵਾਸ ਕਰਦੇ ਆ, ਭੂਤਾਂ ਉੱਥੇ ਵੀ ਹੈਗੀਆਂ ਨੇ। ਮੈਨੂੰ ਤਾਂ ਇਹ ਸੀ ਵੀ ਕਿਤੇ ਪੰਜਾਬ ਵਾਲਿਆਂ ਨੂੰ ਭੂਤਾਂ ਚਿੰਬੜਦੀਆਂ, ਉਹ ਲੋਕਾਂ 'ਚ ਕਿਵੇਂ ਆ ਇਹ? ਦੇਖੋ, ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਜਿਹੜੀਆਂ ਸਾਨੂੰ ਮੁਸ਼ਕਲਾਂ ਨੇ, ਉਹਨਾਂ ਮੁਸ਼ਕਲਾਂ ਦੇ ਜਿਹੜੇ ਕਾਰਨ ਨੇ ਉਹ ਸਿਸਟਮ 'ਚ ਪਏ ਆ। ਰਾਜ ਕਰਨ ਵਾਲਿਆਂ 'ਚ ਕਹਿ ਲਓ, ਸਿਸਟਮ ਦੀਆਂ ਪੋਲਿਸੀਆਂ 'ਚ ਕਹਿ ਲਓ ਕਿ ਉਹ ਲੋਕਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਨਹੀਂ ਦਿੰਦਾ। ਅੱਛਾ, ਜਦੋਂ ਸਮਾਧਾਨ ਨਹੀਂ ਦਿੰਦਾ ਤਾਂ ਲੋਕ ਕੀ ਸੋਚਦੇ ਆ? ਲੋਕ ਇਹੋ ਜਿਹੀਆਂ ਗੱਲਾਂ ਹੀ ਸੋਚਦੇ ਆ ਵੀ ਇੱਥੋਂ ਕੋਈ ਚਮਤਕਾਰੀ ਗੱਲ ਹੋ ਜੇ, ਇੱਥੋਂ ਕੋਈ ਗੱਲ ਹੋ ਜੇ, ਇੱਥੋਂ ਕੋਈ ਗੱਲ ਹੋ ਜੇ। ਇਹਨਾਂ ਗੱਲਾਂ ਨੂੰ ਫਿਰ ਬੜਾਵਾ ਜਿਹੜਾ ਦਿੰਦੇ ਆ ਉਹ ਜਿਹੜੇ ਲੋਕਲ ਕਹਿ ਲਓ ਤਾਂਤਰਿਕ ਹੁੰਦੇ ਆ, ਜੋਤਸ਼ੀ ਵੀ ਆ ਗਏ ਉਹਦੇ 'ਚ, ਹਰ ਤਰ੍ਹਾਂ ਦੇ ਬਾਬੇ ਜਿਹੜੇ ਵੀ ਇਹਨਾਂ ਗੱਲਾਂ ਦੇ, ਜਿਹਨੂੰ ਆਪਾਂ ਪੁਜਾਰੀ ਵਰਗ ਕਹਿ ਸਕਦੇ ਹਾਂ ਕੋਮਨਲੀ, ਜਿਹਦੀ ਖੱਟਿਆ ਉਹ ਪੁਜਾਰੀ ਵਰਗ ਖਾਂਦਾ, ਉਹ ਸਾਰੇ ਦੇਸ਼ਾਂ 'ਚ ਹੀ ਹੈ, ਵਿਹਲੇ ਬਹਿ ਕੇ ਖਾਣ ਵਾਲੀ ਗੱਲ ਜਿਵੇਂ ਕਹਿ ਲਓ। ਅੱਛਾ, ਜਦੋਂ ਵਿਹਲੇ ਬਹਿ ਕੇ ਖਾਣਾ ਤਾਂ ਲਾਜ਼ਮੀ ਆ ਕਿ ਮੂਹਰਲੇ ਦੇ ਮਨ ਨੂੰ ਡਰਾਉਣਾ ਪਊਗਾ। ਡਰਿਆ ਹੋਇਆ ਮਨ ਇੰਨਾ ਲਾਦੂ ਨਿਕਲ ਜਾਂਦਾ, ਫਿਰ ਉਹ ਮੂਹਰਲਾ ਜਿਵੇਂ ਕਹਿੰਦਾ ਉਹ ਉਵੇਂ ਕਰੀ ਜਾਂਦਾ। 3 ਦਿਨ ਪਹਿਲਾਂ ਦੀ ਗੱਲ ਆ, ਇੱਕ ਲੜਕੀ ਗਈ ਹੋਈ ਆ ਕੈਨੇਡਾ ਪੜ੍ਹਨ ਵਾਸਤੇ ਟੋਰਾਂਟੋ, ਉਹਨੇ ਉਹਦੀ ਮਦਰ ਇੱਥੇ ਬਿਮਾਰ ਆ, ਗੁਰਦਿਆਂ ਦੀ ਪੇਸ਼ੈਂਟ ਹੈ। ਹੁਣ ਲੜਕੀ ਨੂੰ ਤਾਂ ਫਿਕਰ ਆ ਮੇਰੀ ਮਾਂ ਮਰ ਨਾ ਜਾਵੇ, ਉਹ ਉੱਥੋਂ ਦੇ ਤਾਂਤਰਿਕ ਕੋਲ ਜਾਂਦੀ ਹੈ ਅਤੇ ਤਾਂਤਰਿਕ ਉਹਨੂੰ ਪਤਾ ਕੀ ਕਹਿੰਦਾ, ਇਹਦਾ ਉਪਾਅ ਕਰਾ ਲਾ ਕੁੜੀ, ਨਹੀਂ ਇਦੂ ਬਾਅਦ ਬਿਮਾਰੀ ਤਾਂ ਦੇ ਦਿੰਦੇ, ਮਰਨਾ ਹੀ ਮਰਨਾ, ਜੇ ਉਪਾਅ ਕਰਾ ਲਿਆ ਬਚ ਵੀ ਸਕਦੀ ਆ, ਅਤੇ ਉਦੋਂ ਬਾਅਦ ਇਹ ਬਿਮਾਰੀ ਤੇਰੇ ਜਿਹੜੀ ਕਸਰ ਹੈ ਕਿਸੇ ਨੇ ਕੁਛ ਕਰਾਇਆ, ਇਹ ਤੇਰੇ ਡੈਡੀ ਨੂੰ ਚੁੰਬੜ ਜਾਣੀ ਹੈ। $3,000 ਇੱਕ ਸਟੂਡੈਂਟ ਤੋਂ ਉਹ ਲੈ ਗਿਆ ਅਤੇ ਨਾਲ ਵੀ ਪੱਕਾ ਇਲਾਜ ਤੇਰਾ ਕਰਾਂਗੇ, $2,600 ਆ ਜਿਹੜਾ ਹੋਰ ਪੇ। ਸੋ ਮੈਂ ਫਿਰ ਉਹ ਕੁੜੀ ਦੇ ਫਾਦਰ ਦਾ ਮੈਨੂੰ ਫੋਨ ਆਇਆ, ਬੜਾ ਫਿਕਰਮੰਦ ਸੀ ਕਿਉਂਕਿ ਵਿਦਿਆਰਥੀ ਨੇ, ਤੁਸੀਂ ਦੇਖੋ $3,000 ਕਿਵੇਂ ਕਿੰਨੇ ਚਿਰ 'ਚ ਇਕੱਠੇ ਕਰੇ ਹੋਣਗੇ, ਲੋਕਡਾਊਨ ਕਰਕੇ ਹੋ ਸਕਦਾ ਪੜ੍ਹਾਈ ਵਾਲੀ ਗੱਲ 'ਚੋਂ ਕੋਈ ਫੀਸ ਭਰਨੀ ਹੋਵੇ, ਅਤੇ ਉਹ ਫਿਰ ਮੈਂ ਉਹਨੂੰ ਸਾਡੇ ਟੋਰਾਂਟੋ ਇਕਾਈ ਵਾਲਿਆਂ ਦਾ ਐਡਰੈਸ ਦਿੱਤਾ ਅਤੇ ਜਿਹਦੇ ਕਰਕੇ ਉਹ ਸਾਰਾ ਇਹ ਹੋਇਆ। ਜਾਣੀ ਕਹਿਣ ਦਾ ਮਤਲਬ ਕੀ ਹੈ ਵੀ ਇੱਕ ਵਰਗ ਮੋਟੇ ਤੌਰ 'ਤੇ ਜੇ ਐਟ ਦੀ ਐਂਡ ਕਹਿਣਾ ਹੋਵੇ ਤਾਂ ਇੱਥੋਂ ਦਾ ਜਿਹੜਾ ਸ਼ਾਸਕ ਵਰਗ ਆ, ਲੁਟੇਰੀ ਜਮਾਤ ਆ, ਸਿੱਧੀ ਜਿਹੀ ਗੱਲ ਇਹ ਹੈ, ਉਹ ਇਹ ਚਾਹੁੰਦੀ ਹੈ ਕਿ ਇਹ ਗੱਲਾਂ ਲੋਕਾਂ 'ਚ ਚੱਲਦੀਆਂ ਰਹਿਣ, ਸਰਮਾਏਦਾਰੀ ਜਾਂ ਐਂ ਕਹਿ ਲਓ ਵੀ ਜਿਹੜੀ ਸਥਾਪਤੀ ਆ ਉਹ ਐਂ ਬਣੀ ਰਹੇ, ਅਤੇ ਉਹ ਬਣੀ ਰਹਿ ਸਕਦੀ ਹੈ ਜੇ ਲੋਕ ਅੰਧ ਵਿਸ਼ਵਾਸਾਂ 'ਚ, ਵਹਿਮਾਂ 'ਚ, ਆਪਣੀਆਂ ਸਮੱਸਿਆਵਾਂ ਨੇ ਜਿਹੜੀਆਂ ਉਹਦਾ ਕਾਰਨ ਸਾਡੇ ਵੱਡੇ ਵਡੇਰੇ ਮੋਰੇ ਮੁੱਕੇ ਭੂਤ ਪ੍ਰੇਤ ਪਿਛਲੇ ਜਨਮ ਦੀ ਕਿਸਮ ਲਿਖੀ ਵਿਓ ਮਾਤਾ ਦੀ ਕਿਸਮਤ ਕਰਮਾਂ ਦਾ ਜਿਹੜਾ ਚੱਕਰ ਹੈ ਉਹ ਇਹਨੂੰ ਸਮਝਦੇ। ਇੱਥੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਰੋਕਣਾ ਚਾਹੁੰਦਾ, ਮਾਫ਼ੀ ਚਾਹੁੰਦਾ, ਤੁਸੀਂ ਸ਼ਾਸਕ ਵਰਗ ਦੀ ਗੱਲ ਕੀਤੀ ਹੈਗੀ ਜਿਹੜੇ ਸਾਡੇ 'ਤੇ ਰਾਜ ਕਰਦੇ ਨੇ, ਕਰਦੇ ਆਏ ਨੇ, ਅਤੇ ਉਹ ਆਮ ਤੌਰ 'ਤੇ ਜਿਵੇਂ ਆਮ ਹੀ ਗੱਲ ਕੀਤੀ ਜਾਂਦੀ ਹੈ ਵੀ ਉਹ ਚਾਹੁੰਦੇ ਆ ਜਨਤਾ ਪੜ੍ਹੇ ਨਾ, ਜਨਤਾ ਜਾਗਰੂਕ ਨਾ ਹੋਵੇ, ਜਨਤਾ ਸੋਚ ਦੀ ਵਿਗਿਆਨਿਕ ਸੋਚ ਦੀ ਧਾਰਨੀ ਘੱਟ ਬਣੇ, ਇਹ ਆਮ ਹੀ ਉਹਨਾਂ 'ਤੇ ਜਿਹੜਾ ਲੀਡਰਾਂ 'ਤੇ, ਸਿਆਸਤਦਾਨਾਂ 'ਤੇ, ਸ਼ਾਸਕਾਂ 'ਤੇ ਜਿਹੜਾ ਇਹ ਲਾਂਭਾ ਲਾ ਦਿੱਤਾ ਜਾਂਦਾ, ਕਹਿ ਦਿੱਤਾ ਜਾਂਦਾ। ਮੈਂ ਆਮ ਵੇਖਦਾ ਕਿ ਬਹੁਤ ਸਾਰੇ ਲੀਡਰ, ਬਹੁਤ ਸਾਰੇ ਜਿਹੜੇ ਸਿਆਸਤਦਾਨ ਨੇ ਉਹ ਖੁਦ ਧਾਰਮਿਕ ਡੇਰਿਆਂ 'ਤੇ, ਸਾਧਾਂ ਸੰਤਾਂ ਦੇ ਮੰਨਤ ਵਾਲੀਆਂ ਜਗ੍ਹਾ 'ਤੇ ਉਹ ਬੈਠੇ ਹੁੰਦੇ ਨੇ। ਮੈਨੂੰ ਕਈ ਵਾਰੀ ਇਹ ਲੱਗਦਾ ਹੁੰਦਾ ਜਿਹੜੇ ਸਿਆਸਤਦਾਨ ਨੇ ਉਹ ਖੁਦ ਵੀ ਅੰਧ ਵਿਸ਼ਵਾਸੀ ਨੇ, ਜਾਂ ਉਹ ਖੁਦ ਵੀ ਧਾਰਮਿਕ ਨੇ, ਜਾਂ ਖੁਦ ਵੀ ਇਹ ਵਹਿਮਾਂ ਭਰਮਾਂ ਦੀਆਂ ਰੀਤਾਂ ਦੇ ਵਿੱਚ ਫਸੇ ਹੋਏ ਨੇ, ਪਰ ਜਿਹੜੀ ਆਹ ਗੱਲ ਤੁਸੀਂ ਕਰ ਰਹੇ ਹੋ ਇਹਦੇ 'ਚ ਇਹ ਕਹਿ ਦਿੱਤਾ ਜਾਂਦਾ ਵੀ ਉਹ ਸਾਨੂੰ ਫਸਾ ਰਹੇ ਨੇ, ਉਹ ਫਿਰ ਕਿਉਂ ਜਾਂਦੇ ਨੇ ਉੱਥੇ? ਦੋ ਗੱਲਾਂ ਨੇ, ਸਾਰੇ ਲੀਡਰ ਇੰਨੇ ਸੁਚੇਤ ਨਹੀਂ ਹਨ ਕਿ ਇਹਨਾਂ ਗੱਲਾਂ ਬਾਰੇ, ਸੱਚਾਈ ਬਾਰੇ ਜਾਣਦੇ ਆ। ਉਹਨਾਂ ਨੂੰ ਤਾਂ ਲੱਗਦਾ
ਵੀ ਸ਼ਾਇਦ ਉੱਥੇ ਜਾਣਾ ਜਿਵੇਂ ਵੋਟਾਂ ਤੋਂ ਪਹਿਲਾਂ ਕਾਗਜ਼ ਭਰਨੇ ਆ ਜੋਤਿਸ਼ੀ ਕੋਲੇ ਜਾਂਦਾ ਇੱਕ ਪਾਰਟੀ ਵਾਲਾ ਗਿਆ ਉਸੇ ਜੋਤਿਸ਼ੀ ਕੋਲੇ ਉਹਨੇ ਕਹਿੰਦਾ ਆਹ ਕੱਪੜੇ ਪਾ ਕੇ ਤੂੰ ਜਾਈ ਤੇ ਫਿਰ ਕਾਗਜ਼ ਭਰੀ ਤੇ ਆਪਾਂ ਜਿੱਤ ਜਾਵਾਂਗੇ ਉਸੇ ਜੋਤਿਸ਼ੀ ਕੋਲੇ ਦੂਜਾ ਸਿਆਸਤਦਾਨ ਚਲਿਆ ਜਾਂਦਾ ਤੇ ਉਹਨੂੰ ਕੋਈ ਹੋਰ ਰੰਗ ਵੀ ਕਹਿ ਸਕਦਾ ਕੁਛ ਵੀ ਕਹਿ ਸਕਦਾ ਉਹ ਇਹ ਨਹੀਂ ਕਹਿੰਦਾ ਵੀ ਮੈਂ ਤਾਂ ਫਲਾਣੀ ਪਾਰਟੀ ਵਾਲੇ ਨੂੰ ਦੱਸਤਾ ਤੇ ਉਹੀ ਜਿੱਤੂਗਾ ਨਾ 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 ਉਹਨੂੰ ਵੀ ਕੋਈ ਰੰਗ ਦੇ ਕਿਉਂਕਿ ਇੱਕ ਨੇ ਜਿੱਤਣਾ ਜਿਹੜਾ ਜਿੱਤ ਜੂਗਾ ਉਹ ਜੋਤਿਸ਼ੀ ਦਾ ਉਪਾਸ਼ਕ ਇੱਕ ਤਾਂ ਇਹ ਸਿਸਟਮ ਆ ਜਿਹੜੀ ਦੂਜੀ ਗੱਲ ਆ ਜਿਹੜੇ ਆਪਾਂ ਐਂ ਕਹਿ ਸਕਦੇ ਹਾਂ ਵੀ ਜਿਹੜੇ ਕੋਈ ਆਪਣੇ ਵਾਲੇ ਆ ਲੋਕਲ ਨਿੱਕੇ ਮੋਟੇ ਲੀਡਰ ਜੇ ਤੁਰੇ ਫਿਰਦੇ ਆ ਨਾ ਇਹ ਤਾਂ ਐਂ ਕਹਿ ਲਓ ਆਮ ਸਮਾਜ ਵਰਗੀ ਆ ਜਿਹੜੇ ਇਹਨੂੰ ਪੂਰੇ ਸਾਰੇ ਨੂੰ ਚਲਾ ਰਿਹਾ ਇੱਕ ਕਾਰਪੋਰੇਟ ਜਗਤ ਹੈ ਉਹਨੂੰ ਕੋਈ ਭੁਲੇਖਾ ਨਹੀਂ ਹੈ ਕਿਸੇ ਤਰ੍ਹਾਂ ਦਾ ਉਹ ਇਸ ਕਰਕੇ ਜਾਂਦੇ ਆ ਵੀ ਕਿਸੇ ਬਾਬੇ ਤੇ ਆਪਾਂ ਪਿੱਛੇ ਕੋਈ ਭੁਲੇਖਾ ਨਹੀਂ ਰਿਹਾ ਵੀ ਜੇ ਸਰਸੇ ਵਾਲੇ ਬਾਬੇ ਦੀ ਗੱਲ ਕਰਨੀ ਹੋਵੇ ਕਿਹੜੀ ਪਾਰਟੀ ਦਾ ਲੀਡਰ ਆ ਜਿਹੜਾ ਉਹਨਾਂ ਕੋਲ ਨਹੀਂ ਗਿਆ ਬਿਲਕੁਲ ਉਹ ਇਸ ਕਰਕੇ ਜਾਂਦੇ ਆ ਕਿ ਉਹਦੇ ਚੇਲਿਆਂ ਨੂੰ ਇਹ ਲੱਗੇ ਕਿ ਫਲਾਣਾ ਲੀਡਰ ਫਲਾਣੀ ਪਾਰਟੀ ਇਹ ਵੀ ਸਾਡੇ ਬਾਬੇ ਦੀ ਸ਼ਾਨੀ ਭਰਦਾ ਸਾਡੇ ਬਾਬੇ ਦੇ ਪੈਰ ਫੜਦਾ ਤੇ ਬਹੁਤ ਵਾਰੀ ਇਹ ਹੁੰਦਾ ਹੁਣ ਤਾਂ ਬਹੁਤ ਕੁਛ ਸੋਸ਼ਲ ਮੀਡੀਆ ਤੇ ਆਈ ਜਾਂਦਾ ਕਿ ਫਲਾਣੇ ਵੇਲੇ ਸਾਡੇ ਬਾਬੇ ਨੇ ਉਹਦੀ ਮਦਦ ਕੀਤੀ ਤੇ ਉਹਦੀ ਮਦਦ ਕੀਤੀ ਤੇ ਆਪਾਂ ਸੋਚ ਹੀ ਸਕਦੇ ਹਾਂ ਵੀ ਕਿੱਥੇ ਤਾਂ ਇਹ ਕਰਨਾ ਪਵੇ ਇੱਕ ਉਮੀਦਵਾਰ ਨੂੰ ਜਾਂ ਕਹਿ ਲਓ ਵੀ ਜਿਹੜਾ ਸੋ ਕਾਲਡ ਮੁੱਖ ਮੰਤਰੀ ਦਾ ਦਾਅਵੇਦਾਰ ਆ ਵੀ ਯਾਰ ਮੇਰੀਆਂ ਆਹ ਨੀਤੀਆਂ ਤੇ ਮੈਂ ਆਹ ਕਰ ਦੂੰਗਾ ਤੇ ਲੋਕੋ ਮੈਨੂੰ ਵੋਟਾਂ ਪਾਓ ਤੇ ਕਿੱਥੇ ਇੱਕ ਬਾਬੇ ਨੇ ਕਹਿ ਕੇ ਲੱਖਾਂ ਵੋਟਾਂ ਇੱਧਰ ਉੱਧਰ ਕਰਾਤੀਆਂ ਉਹ ਇਸ ਕਰਕੇ ਜਾਂਦੇ ਨੇ ਕਿ ਆਮ ਲੋਕਾਂ ਤੇ ਇੱਕ ਤਾਂ ਇਹ ਅਸਰ ਪਵੇ ਵੀ ਯਾਰ ਉਹ ਫਲਾਣੇ ਕੋਲੇ ਅਫਸਰ ਵੀ ਜਾਂਦੇ ਆ ਨਾ ਵੱਡੇ ਅਫਸਰ IAS PCS ਉਹ ਵੀ ਜਾਂਦੇ ਆ ਵੱਡੇ ਅਫਸਰ ਤੇ ਵੱਡੇ ਲੀਡਰ ਜਾਂਦੇ ਆ ਦੂਜਾ ਇਹ ਹੁੰਦਾ ਵੀ ਯਾਰ ਜਦੋਂ ਉਹ ਬਾਬੇ ਕੋਲੇ ਇੰਨਾ ਪੜ੍ਹਿਆ ਲਿਖਿਆ ਰੁਤਬੇ ਵਾਲਾ ਵਿਅਕਤੀ ਗਿਆ ਇਹਦਾ ਮਤਲਬ ਬਾਬੇ ਕੋਲੇ ਕੁਛ ਤਾਂ ਹੈਗਾ ਬਿਲਕੁਲ ਤਾਂ ਉਹ ਜਣੀ ਉਹ ਲਾਈ ਲਗਤਾ ਦਾ ਜਿਹੜਾ ਹੈ ਅਸਰ ਉਹ ਸਮਾਜ ਤੇ ਉਹ ਨੋਇੰਗਲੀ ਵੀ ਪਾਉਂਦੇ ਆ। ਅੱਛਾ ਦੋਸਤੋ ਆਪਾਂ ਜਿਹੜੀ ਗੱਲਬਾਤ ਉਸੇ ਪੱਖ ਵੱਲ ਨੂੰ ਫੇਰ ਥੋੜ੍ਹਾ ਜਿਹਾ ਮੁੜਦੇ ਹਾਂ ਮਾਸਟਰ ਜੀ ਮੈਂ ਤੁਹਾਨੂੰ ਉੱਥੇ ਫੇਰ ਲਿਆਉਣਾ ਚਾਹੁੰਦਾ ਬਹੁਤੀ ਵਾਰ ਕੀ ਹੁੰਦਾ ਆਪਾਂ ਵੇਖਦੇ ਹਾਂ ਕਿ ਰੋਡ 'ਤੇ ਗੱਡੀ ਜਾ ਰਹੀ ਸੀਗੀ ਅਤੇ ਖਾਸ ਕਰਕੇ ਗੱਲਾਂ ਡਰਾਈਵਰਾਂ ਤੋਂ ਸੁਣਨ ਨੂੰ ਮਿਲਦੀਆਂ ਨੇ ਅਤੇ ਹੋ ਸਕਦਾ ਆਪਣੇ ਇਸ ਪ੍ਰੋਗਰਾਮ 'ਤੇ ਵੀ ਲੋਕ ਬਹੁਤ ਕਮੈਂਟ ਕਰਨਗੇ ਕਿ ਜੀ ਤੁਸੀਂ ਤਾਂ ਗੱਲਾਂ ਕਰੀ ਜਾਂਦੇ ਹੋ ਸਾਡੇ ਕੋਲ ਆ ਕੇ ਬਹਿ ਕੇ ਵੇਖੋ ਜਦੋਂ ਅਸੀਂ ਗੱਡੀ ਲੈ ਕੇ ਉਸ ਜੰਗਲ 'ਚ ਦੀ ਲੰਘਦੇ ਹਾਂ ਜਾਂ ਉਸ ਰੋਡ ਤੋਂ ਦੀ ਲੰਘਦੇ ਹਾਂ ਬਹੁਤੀ ਵਾਰ ਕੀ ਹੁੰਦਾ ਉਹ ਕਹਿੰਦੇ ਅਸੀਂ ਰੋਡ 'ਤੇ ਜਾ ਰਹੇ ਸੀ ਅਤੇ ਸਾਹਮਣੇ ਰਾਤ ਨੂੰ ਕਿਸੇ ਕੁੜੀ ਨੇ ਸਾਨੂੰ ਹੱਥ ਦਿੱਤਾ ਉਹਦੇ ਚਿੱਟੇ ਕੱਪੜੇ ਪਾਏ ਸੀ ਪੈਰ ਪੁੱਠੇ ਸੀ ਜਾਂ ਕੁਛ ਹੋਰ ਵੀ ਨਿਸ਼ਾਨੀਆਂ ਇੱਦਾਂ ਦੀਆਂ ਆਪਣੇ ਆਪਣੇ ਮਨ ਦੇ ਹਿਸਾਬ ਨਾਲ ਉਹ ਦੱਸਦੇ ਨੇ ਜਿਵੇਂ ਦੇਖਦੇ ਨੇ ਜਾਂ ਮਹਿਸੂਸ ਕਰਦੇ ਨੇ ਅਤੇ ਜਦੋਂ ਅਸੀਂ ਗੱਡੀ ਰੋਕੀ ਜਾਂ ਅਸੀਂ ਦੇਖਿਆ ਤਾਂ ਉਹ ਇੱਕਦਮ ਪਾਸੇ ਹੋ ਗਈ ਅਤੇ ਗੱਡੀ ਪਲਟ ਜਾਣੀ ਸੀ ਅਸੀਂ ਮਸਾਂ ਬਚਾ ਕੇ ਲੰਘਾ ਇਹ ਕੀ ਹੁੰਦਾ ਗਾ ਦੋ ਗੱਲਾਂ ਇਹਦੇ 'ਚ ਵੀ ਵਾਪਰਦੀਆਂ ਦੋ ਤਰ੍ਹਾਂ ਇੱਕ ਤਾਂ ਇਹ ਹੁੰਦਾ ਕਿ ਮਾਨਸਿਕ ਤੌਰ 'ਤੇ ਕਿਸੇ ਨੂੰ ਇਹ ਫੀਡ ਕਰ ਦਿਓ ਪ੍ਰੀ ਫੀਡ ਕਿ ਵੀ ਉੱਥੇ ਨਾ ਜਾ ਕੇ ਉੱਥੇ ਕਿ ਜੇ ਕੋਈ ਐਂ ਹੱਥ ਦਿੰਦੀ ਆ ਕੁੜੀ ਆ ਯੰਗ ਆ ਉਹ ਕੋਈ ਭੂਤ ਆ ਮੈਨੂੰ ਹੱਥ ਦਿੱਤਾ ਜਦੋਂ ਮੈਂ ਬ੍ਰੇਕ ਮਾਰੀ ਤੇ ਭੱਜ ਗਈ ਜਦੋਂ ਐਂ ਹੋਇਆ ਤਾਂ ਐਂ ਹੋ ਗਿਆ ਉਹ ਜਦੋਂ ਪ੍ਰੀ ਫੀਡ ਹੋਇਆ ਹੁੰਦਾ ਤਾਂ ਉਹ ਕਿਸੇ ਨੂੰ ਇਹ ਵੀ ਜਾਪ ਸਕਦਾ ਵੀ ਮੈਨੂੰ ਹੱਥ ਦਿੱਤਾ ਸੀਟ 'ਤੇ ਬੈਠੀ ਜਦੋਂ ਦੇਖਿਆ ਐਂ ਹੋਇਆ ਐਂ ਹੋਇਆ ਇੱਕ ਤਰੀਕਾ ਤਾਂ ਇਹ ਹੈ ਮਾਨਸਿਕ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਮਾਨਸਿਕ ਤੌਰ 'ਤੇ ਕੁਛ ਪ੍ਰੀ ਫੀਡ ਕਰਕੇ ਬੰਦੇ ਨੂੰ ਲੱਗਣ ਲੱਗ ਜਾਣਾ ਦੂਜਾ ਤਰੀਕਾ ਕੀ ਹੈ ਆਪਣੇ ਪੰਜਾਬ 'ਚ ਇੱਕ ਘਟਨਾ ਵਾਪਰੀ ਇਹ ਲਗਭਗ 1991-92 ਦੀ ਗੱਲ ਹੈ ਥੋੜ੍ਹੇ ਅੱਗੇ ਪਿੱਛੇ ਵੀ ਹੋ ਸਕਦੀ ਹੈ ਮੈਨੂੰ ਭੁਲੇਖਾ ਵੀ ਲੱਗ ਸਕਦਾ ਹੋਇਆ ਕੀ ਇੱਕ ਅਖਬਾਰ 'ਚ ਖਬਰ ਛਪਦੀ ਹੈ ਕਿ ਇੱਕ ਬਰਾਤ ਚੰਡੀਗੜ੍ਹ ਤੋਂ ਬਠਿੰਡੇ ਆਈ ਉਹ ਜਦੋਂ ਰਾਜਪੁਰੇ ਤੋਂ ਕਿਤੇ ਉੱਥੇ ਰੁਕ ਕੇ ਮਾੜਾ ਮੋਟਾ 2-4 ਮਿੰਟ ਰੁਕੇ ਉੱਥੋਂ ਰੁਕ ਕੇ ਅੱਗੇ ਚੱਲਣ ਲੱਗੇ ਤਾਂ ਉਹ ਬਰਾਤ ਵਾਲੀ ਬੱਸ ਦੇ ਵਿੱਚ ਦੋ ਲੜਕੀਆਂ ਚੜ੍ਹ ਗਈਆਂ ਸੀਟਾਂ ਸਾਰੀਆਂ ਫੁੱਲ ਸੀ ਉਹ ਡਰਾਈਵਰ ਕੋਲੇ ਇੰਜਣ 'ਤੇ ਬੈਠ ਗਈਆਂ ਇੰਜਣ 'ਤੇ ਬੈਠੀਆਂ ਕਿਤੇ ਡਰਾਈਵਰ ਦੀ ਜਦੋਂ ਨਿਗਾਹ ਉਹਨਾਂ 'ਚ ਗਈ ਪੈਰਾਂ ਵੱਲ ਗਈ ਅਤੇ ਉਹਨਾਂ ਦੇ ਪੈਰ ਪੁੱਠੇ ਸੀ ਡਰਾਈਵਰ ਨੇ ਘਬਰਾ ਕੇ ਗੱਡੀ ਬੱਸ ਰੋਕੀ ਜਦੋਂ ਬੱਸ ਰੋਕ ਕੇ ਉਹਨੇ ਗੱਲ ਕਰਨੀ ਚਾਹੀ ਤਾਂ ਦੋਨੇ ਗਾਇਬ ਹੋ ਗਈਆਂ ਜ਼ਿਕਰ ਇੰਨਾ ਜ਼ਰੂਰ ਸੀ ਉਹਦੇ 'ਚ ਵੀ ਬਰਾਤ ਆ ਜਿਹੜੀ ਚੰਡੀਗੜ੍ਹ ਤੋਂ ਬਠਿੰਡੇ ਆ ਰਹੀ ਸੀ ਅੱਛਾ ਉਦੋਂ ਉਮਰ ਵੀ ਉਹੋ ਜਿਹੀ ਸੀ ਬੰਦੇ ਆਪਣੇ ਵੀ ਸੁਪਰ ਫਾਸਟ ਸੀ ਅਖਬਾਰ 'ਚ ਖਬਰ ਲੱਗੀ ਹੋਵੇ ਅਤੇ ਪੜਤਾਲ ਸ਼ੁਰੂ ਕਰਤੀ ਬਿਲਕੁਲ ਸਾਰੇ ਜਿੰਨੇ ਉੱਥੋਂ ਦੇ ਟੈਂਟ ਹਾਊਸ ਉੱਥੋਂ ਦੇ ਪੁੱਛਿਆ ਵੀ 1 ਤਰੀਕ 'ਚ ਕਿਹੜੇ ਕਿਹੜੇ ਥਾਵਾਂ 'ਤੇ ਤੁਹਾਡਾ ਸਮਾਨ ਬੁੱਕ ਸੀ ਸਾਰਿਆਂ ਥਾਵਾਂ 'ਤੇ ਪੜਤਾਲ ਕੀਤੀ ਬਠਿੰਡੇ ਦੀ ਸਾਡੀ ਇਕਾਈ ਬਹੁਤ ਐਕਟਿਵ ਇਕਾਈ ਆ ਅੱਜ ਵੀ 40-45 ਉਹਦੇ ਮੈਂਬਰ ਆ ਉਹ ਘਰ ਲੱਭ ਲਿਆ ਜਿਹੜੇ ਘਰੇ ਉਸ ਤਰੀਕ ਨੂੰ ਬਰਾਤ ਆਈ ਸੀ ਅਤੇ ਚੰਡੀਗੜ੍ਹੋਂ ਆਈ ਸੀ ਅੱਛਾ ਚਲੋ ਜੀ ਚੰਡੀਗੜ੍ਹੋਂ ਆਈ ਉਹ ਵੀ ਹੋ ਗਿਆ ਪਤਾ ਲੱਗ ਗਿਆ ਚੰਡੀਗੜ੍ਹ ਵਾਲਾ ਉੱਥੇ ਤਾਂ ਗੱਲ ਹੀ ਕੋਈ ਨਹੀਂ ਸੀ ਹੋਈ ਇਹੋ ਜਿਹੀ ਵੀ ਭੂਤ ਚੜ੍ਹੀ ਹੈ ਉੱਥੇ ਜਾ ਕੇ ਵੀ ਗੱਲ ਉਹਨਾਂ ਨੂੰ ਪੁੱਛਿਆ ਕਹਿੰਦੀ ਸਾਡੇ ਨਾਲ ਤਾਂ ਕੋਈ ਘਟਨਾ ਨਹੀਂ ਵਾਪਰੀ ਇਹੋ ਜਿਹੀ ਫਿਰ ਉੱਥੇ ਆ ਗਏ ਪੱਤਰਕਾਰ ਕੋਲ ਜਿਹਨੇ ਖਬਰ ਲਵਾਈ ਸੀ ਰਾਜਪੁਰੇ ਤੋਂ ਵੀ ਇਹ ਕੀ ਗੱਲ ਉਹ ਕਹਿੰਦੇ ਮੈਨੂੰ ਤਾਂ ਢਾਬੇ ਵਾਲਿਆਂ ਨੇ ਦੱਸਿਆ ਵੀ ਐਂ ਗੱਲ ਹੋਈ ਐਂ ਗੱਲ ਹੋਈ ਹੈ
ਫਿਰ ਜਦੋਂ ਹੋਰ ਐਨਾਲਿਸਿਸ ਕੀਤਾ ਤਾਂ ਹੋਇਆ ਕੀ ਸੀ, ਸ਼ਾਇਦ ਤੁਹਾਡੇ ਵੀ ਧਿਆਨ 'ਚ ਹੋਵੇ, ਉਹਨਾਂ ਵੇਲਿਆਂ 'ਚ ਜਿਹੜਾ ਚੰਡੀਗੜ੍ਹ ਤੋਂ ਜਦੋਂ ਆਪਾਂ ਪਟਿਆਲੇ ਨੂੰ ਆਉਣਾ ਹੁੰਦਾ, ਲੁਧਿਆਣਾ ਸਾਈਡ ਖੰਨਾ ਸਾਈਡ ਦੀ ਜਿਹੜਾ ਬਾਈਪਾਸ ਬਣਿਆ ਇਹ ਤਾਜ਼ਾ ਤਾਜ਼ਾ ਚੱਲਿਆ ਸੀ, ਅਤੇ ਮਾਡਲ ਟਾਊਨ ਵਾਲਾ ਸਾਰਾ ਜਿਹੜਾ ਮਾਰਕੀਟ ਸੀ, ਢਾਬਾ, ਹੋਰ ਦੁਕਾਨਦਾਰੀ, ਸਨਅਤ ਖੜ ਗਈ, ਉਧਰ ਦੀ ਹੋ ਗਈ। ਤੇ ਹੁਣ ਜੇ ਇਹ ਗੱਲ ਫੈਲ ਜਾਂਦੀ ਹੈ ਵੀ ਬਾਈਪਾਸ ਵੱਲ ਦੀ ਤਾਂ ਭੂਤਾਂ ਚੜ੍ਹਦੀ, ਤੇ ਫਿਰ ਟ੍ਰੈਫਿਕ ਤਾਂ ਉਧਰ ਦੀ ਆਊ ਨਾ। ਇਹ ਵੀ ਕਾਰਨ ਹੋ ਸਕਦੇ ਹੁੰਦੇ ਆ ਕਿ ਕਿਸੇ ਏਰੀਏ ਦੇ ਵਿੱਚ ਕਿਸੇ ਗੱਲ ਨੂੰ ਕਿਸੇ ਮੰਤਵ ਅਧੀਨ ਫੈਲਾਇਆ ਵੀ ਹੋ ਸਕਦਾ। ਬਿਲਕੁਲ। ਅੱਛਾ, ਇੱਕ ਗੱਲ ਹੋਰ, ਜਿਵੇਂ ਤੁਸੀਂ ਇੱਧਰ ਬਰਨਾਲਾ ਬਠਿੰਡਾ ਏਰੀਏ ਦੇ ਵਿੱਚ ਵਿਚਰਦੇ ਹੋ ਜ਼ਿਆਦਾ, ਤੁਹਾਡੇ ਇਕਾਈ ਇੱਧਰ ਜ਼ਿਆਦਾ ਮਜ਼ਬੂਤ ਆ ਮੇਰਾ ਖਿਆਲ, ਤੁਹਾਡੇ ਵਰਕਰ ਬਹੁਤ ਜ਼ਿਆਦਾ ਇਸ ਇਲਾਕੇ ਦੇ ਆਮ ਪਾਏ ਜਾਂਦੇ ਨੇ, ਜਦੋਂ ਵੀ ਮਿਲਦੇ ਆ ਪਤਾ ਲੱਗਦਾ ਤਰਕੀ ਸੁਸਾਇਟੀ ਦੇ ਬੰਦੇ ਬਠਿੰਡੇ ਜਾਂ ਬਰਨਾਲੇ ਏਰੀਏ ਤੋਂ ਜ਼ਿਆਦਾ ਮਿਲਦੇ। ਇੱਧਰ ਭਗਤਾ ਭਾਈ ਕਾ ਇੱਕ ਭੂਤਾਂ ਵਾਲਾ ਖੂਹ ਬੜਾ ਮਸ਼ਹੂਰ ਵੱਜਦਾ, ਉਸ ਖੂਹ ਦੀ ਆਮ ਹੀ ਚਰਚਾ ਹੁੰਦੀ ਹੈ ਵੀ ਭੂਤਾਂ ਨੇ ਰਾਤੋ ਰਾਤ ਖੂਹ ਬਣਾਤਾ ਸੀਗਾ, ਅਤੇ ਇਹਦੇ 'ਤੇ ਤੁਸੀਂ ਕਿਤੇ ਧਿਆਨ ਦਿੱਤਾ ਜਾਂ ਕਿਵੇਂ ਲੱਗਿਆ ਤੁਹਾਨੂੰ, ਕਿਉਂ ਲੋਕ ਜਾਂਦੇ ਨੇ ਉੱਥੇ, ਕੀ ਕਹਿੰਦੇ ਨੇ ਤੁਹਾਡਾ ਕੀ ਧਿਆਨ? ਤਾਂ ਦੇਖੋ ਅਸਲ 'ਚ ਕੀ ਆ, ਸਾਡੇ ਲੋਕਾਂ 'ਚ ਇੱਕ ਧਾਰਨਾ ਬੜੀ ਪਈ ਹੈ ਵੀ ਜਿਹੜਾ ਕੰਮ ਬਹੁਤ ਛੇਤੀ ਹੋ ਜਾਏ ਨਾ, ਓਏ ਆਹਾ ਹਾ ਹਾ ਹਾ, ਉਹਦਾ ਭੂਤਾਂ ਨੇ ਕਰਤਾ। ਇਹ ਉਹੀ ਆ, ਕਲਚਰ 'ਚ ਹੀ ਵੜਿਆ, ਇਹ ਨਹੀਂ ਭਗਤੇ ਵਾਲਿਆਂ ਨੂੰ ਤਾਂ ਭਗਤੇ ਵਾਲਾ ਲੱਗਦਾ, ਹੋਰ ਏਰੀਏ 'ਚ ਵੀ ਜਾ ਕੇ ਜੋ ਗੱਲ ਕਰੀ ਨਾ, ਉਹਦਾ ਜੇ ਕਿਸੇ ਕੰਮ ਨੂੰ ਲੱਗ ਜਾਈਏ, ਬਹੁਤ ਸਾਰੇ ਬੰਦੇ ਲੱਗ ਗਏ, ਮੰਨ ਲਓ ਸਵੇਰੇ ਕੋਈ ਕੰਮ ਸ਼ੁਰੂ ਕੀਤਾ, ਦੁਪਹਿਰ ਨੂੰ ਮੁਕੰਮਲ, ਆਹ ਤਾਂ ਵੀ ਨਜ਼ਾਰਾ ਲਿਆਤਾ, ਭੂਤਾਂ ਵਾਂਗੂ ਨਿਬੇੜਾ ਕਰਤਾ। ਗੱਲ ਉਹ ਇੰਨੀ ਕੁ ਜੇ ਉਹਦਾ ਤੱਤ ਰੂਪ 'ਚ ਕਹਿਣਾ ਹੋਵੇ, ਉਹ ਜਿੰਨੀ ਕੁ ਅਸੀਂ ਉਹਦੀ ਪੜਤਾਲ ਕੀਤੀ ਆ ਜਾ ਕੇ ਆਸੇ ਪਾਸੇ ਦੀ, ਸਿੱਧੇ ਤਾਂ ਉਹ ਕਈ ਵਾਰੀ ਬੁਰਾ ਮਨਾਉਂਦੇ ਆ ਜੇ ਆਪਾਂ ਜਾਵਾਂਗੇ। ਇੱਕ ਵਾਰੀ ਸਾਡੀ ਟੀਮ ਗਈ ਸੀਗੀ ਅਤੇ ਉਹ ਜਦੋਂ ਉੱਥੋਂ ਸਾਈਕਲ ਲੈ ਕੇ ਬੱਸ ਅੱਡੇ ਤੋਂ ਉੱਥੇ ਜਾ ਕੇ ਖੜਾਏ, ਅਤੇ ਉਹ ਸ਼ਰਾਰਤ ਵਜੋਂ ਉਹਨਾਂ ਦੀ ਉਹ ਜਿਹੜੀਆਂ ਬੀੜੀਆਂ ਜਿਹੀਆਂ ਹੁੰਦੀਆਂ, ਇਹ ਵੀ 90 ਐਵੇਂ ਦੀ ਗੱਲ ਹੈ, ਅਤੇ ਉਹ ਕੱਢਤੀ, ਫੂਕ ਕੱਢਤੀ ਕਹਿ ਲਓ ਟਾਇਰਾਂ ਦੀ, ਅਤੇ ਉਹੋ ਜਿਹੀ ਗੱਲ ਵੀ ਵਾਪਰ ਜਾਂਦੀ ਆ। ਮੋਟੇ ਤੌਰ 'ਤੇ ਗੱਲ ਇੰਨੀ ਕੀ ਆ ਉਹਦੇ ਬਾਰੇ ਜਿੰਨੀ ਕੁ ਸਾਨੂੰ ਜਾਣਕਾਰੀ ਮਿਲਦੀ ਹੈ ਵੀ ਉੱਥੇ ਕੋਈ ਵੈਦ ਹੈਗਾ ਸੀਗਾ, ਆਬਾਦੀ ਹੁਣ ਵਾਂਗੂ ਤਾਂ ਇਹ ਨਹੀਂ ਸੀ ਜਿਵੇਂ ਵੈਦ ਬੈਠਾ, ਜਿਵੇਂ ਆਪਾਂ ਇਸ ਥਾਂ 'ਤੇ ਬੈਠੇ ਹਾਂ ਵੀ ਉਹ ਵੈਦ ਰਹਿੰਦਾ, ਵੀ ਉਹ ਦਵਾਈ ਬੂਟੀ ਦਿੰਦਾ, ਪੈਸੇ ਤਾਂ ਕੋਈ ਲੈਂਦੇ ਨਹੀਂ ਸੀ ਹੁੰਦੇ, ਵੀ ਕਿਸੇ ਲਾਹੌਰ ਦੇ ਆਦਮੀ ਦੀ ਕੋਈ ਬੇਟੀ ਸੀ, ਬਿਮਾਰ ਸੀ ਮਾਨਸਿਕ ਤੌਰ 'ਤੇ, ਪੁਰਾਣੀ ਗੱਲ, ਪੁਰਾਣੀ ਗੱਲ, ਬਹੁਤ ਪੁਰਾਣੀ ਕਹਿ ਲਓ, ਜਿਹੋ ਜਿਹਾ ਕੋਈ ਉਹ ਸਾਧਨ ਸੀ, ਉਹ ਆਉਂਦਾ ਸੀ ਕੋਈ ਵਪਾਰੀ ਆਦਮੀ ਸੀ, ਆਉਂਦੇ ਜਾਂਦੇ ਨੂੰ ਪਤਾ ਲੱਗ ਗਿਆ ਕਿ ਇੱਥੇ ਕੋਈ ਵੈਦ ਇਲਾਜ ਕਰਦਾ, ਉਹਨੇ ਇਲਾਜ ਕੀਤਾ, ਕੋਈ ਗੱਲ ਨਹੀਂ, ਉਹਨੇ ਉਹਨੂੰ ਪੁੱਛਿਆ ਹੋਣਾ ਵੀ ਯਾਰ ਕੋਈ ਸੇਵਾ ਕਰਨੀ, ਤੂੰ ਤਾਂ ਲੈਂਦਾ ਨਹੀਂ ਕੁਛ, ਸੇਵਾ ਕਰਨੀ ਹੈ, ਅਤੇ ਉਹਨੂੰ ਲੱਗਿਆ ਹੋਣਾ ਵੀ ਯਾਰ ਪਾਣੀ ਦਾ ਇੰਤਜ਼ਾਮ ਨਹੀਂ ਹੈ ਕੋਈ, ਅਤੇ ਉਹਨੇ ਕੀ ਕੀਤਾ, ਆਪਦਾ ਇੰਤਜ਼ਾਮ ਖੂਹ ਪੱਟਣ ਵਾਲਿਆਂ ਦਾ ਵੀ, ਖੂਹ ਪੱਕਾ ਕਰਨ ਵਾਲਿਆਂ ਦਾ ਵੀ, ਇੱਟ ਵੱਟੇ ਦਾ ਵੀ, ਸਾਰਾ ਇੰਤਜ਼ਾਮ ਆਪਦਾ ਕੀਤਾ ਅਤੇ ਖੂਹ ਲਾਤਾ। ਜਾਣੀ ਜਦੋਂ ਲੋਕਾਂ ਨੂੰ ਪਤਾ ਲੱਗਦਾ ਵੀ ਯਾਰ ਇੱਥੇ ਪਾਣੀ ਹੈ, ਇੱਥੇ ਖੂਹ ਆ, ਲੋਕਾਂ ਨੂੰ ਐਂ ਨਹੀਂ ਪਤਾ ਵੀ ਇਹ ਲਾਇਆ ਕਦੋਂ ਅਤੇ ਕਿਹਨੇ ਲਾਇਆ, ਅਤੇ ਉਹਨਾਂ ਨੇ ਫਿਰ ਇਹ ਧਾਰਨਾ ਬਣਾ ਲਈ ਵੀ ਇਹ ਤਾਂ ਬਈ ਰਾਤੋ ਰਾਤ ਲੱਗ ਗਿਆ, ਇਹ ਤਾਂ ਭੂਤਾਂ ਹੀ ਕਰ ਸਕਦੀਆਂ ਇਹੋ ਜਿਹੇ ਕੰਮ। ਅਤੇ ਜੇ ਆਪਾਂ ਵਿਗਿਆਨਿਕ ਤੌਰ 'ਤੇ ਸੋਚਾਂਗੇ, ਇੱਟ ਦਾ ਚੱਕਿਆ ਜਾਣਾ, ਲਾਇਆ ਜਾਣਾ, ਖੂਹ ਦਾ ਪੱਟਿਆ ਜਾਣਾ, ਇੱਕ ਪੂਰੇ ਉਹਦੇ ਲਈ ਬਲ ਚਾਹੀਦਾ, ਹੁਣ ਤਾਂ ਆਪਾਂ ਕਹਿ ਸਕਦੇ ਹਾਂ ਵੀ ਜੇ ਇੱਕ ਖੂਹ ਲਾਉਣਾ ਹੋਵੇ ਤਾਂ 24 ਘੰਟਿਆਂ 'ਚ ਖੂਹ ਲੱਗ ਸਕਦਾ, ਉਸਰ ਸਕਦਾ, ਕੁਛ ਵੀ ਉਸਦਾ, ਜੇ CB ਆ ਹੋਰ ਵੱਡੀਆਂ ਮਸ਼ੀਨਾਂ ਲਾਓ, ਟੋਆ ਪੱਟੋ, ਫਰਮੇ ਲਾਓ, ਬਜਰੀ ਭਰੋ, ਅਤੇ 24 ਘੰਟਿਆਂ 'ਚ ਹੋ ਸਕਦਾ। ਪਰ ਜਦੋਂ ਦਾ ਉਹ ਖੂਹ ਬਣਿਆ ਉਦੋਂ ਤਾਂ ਆਪਾਂ ਨੂੰ ਉਹਦਾ ਪੁਰਾਣੇ ਜ਼ਮਾਨੇ 'ਚ ਸਿਸਟਮ ਕੀ ਹੁੰਦਾ ਸੀ ਕਿ ਟੋਆ ਪੱਟਿਆ, ਇੱਕ ਚੱਕ ਲਾਇਆ, ਚੱਕ ਦੇ ਉੱਤੇ ਚਿਣਾਈ ਕੀਤੀ, ਹੌਲੀ ਹੌਲੀ ਉਹਦੇ ਥੱਲੇ ਮਿੱਟੀ ਕੱਢਦੇ, ਚੱਕ ਥੱਲੇ ਜਾਂਦਾ, ਉਹਦੇ ਉੱਤੇ ਇੱਟਾਂ ਚਿਣੀ ਜਾਂਦੇ, ਖੂਹ ਥੱਲੇ ਤੱਕ ਪੂਰਾ ਹੋ ਜਾਂਦਾ। ਉਹਨੂੰ ਜਾਣੀ ਮਹੀਨਿਆਂ ਵੱਧ ਹੀ ਸਮਾਂ ਲੱਗਦਾ ਸੀ, ਲੱਗਿਆ ਉਹਨੂੰ ਵੀ ਹੈ, ਜਿੰਨਾ ਕੁ ਅਸੀਂ ਤਾਂ ਪੜਤਾਲ ਇਹੀ ਕੀਤੀ ਹੈ ਕਿ ਉਸ ਬਣ ਗਿਆ ਇਹ, ਉਸ ਵੈਦ ਦੀ ਉਸ ਜਗ੍ਹਾ 'ਚ ਕੋਈ, ਹੌਲੀ ਹੌਲੀ ਜਿਵੇਂ ਆਪਾਂ ਨੂੰ ਪਤਾ ਹੀ ਹੁੰਦਾ ਜਿਹੜੀਆਂ ਕੋਈ ਇਹੋ ਜਿਹੀਆਂ ਪਰਉਪਕਾਰੀ ਥਾਵਾਂ ਹੁੰਦੀਆਂ, ਕੋਈ ਪੁਰਾਣੇ ਜ਼ਮਾਨੇ ਦਾ ਕੋਈ ਐਜੂਕੇਸ਼ਨ ਵਾਲਾ ਮਦਰੱਸਾ ਕਹਿ ਲਓ, ਕੋਈ ਹੋਰ ਹੁੰਦਾ, ਹੌਲੀ ਹੌਲੀ ਉਹਨਾਂ ਨੂੰ ਕਿਸੇ ਨਾ ਰੂਪ 'ਚ ਪੂਜਣ ਯੋਗ ਬਣਾ ਲੈਂਦੇ ਆ, ਕੋਈ ਪੁਜਾਰੀ ਵਰਗ ਉਹਨਾਂ ਆਪਦਾ ਧੰਦਾ ਚਲਾ ਲੈਂਦਾ, ਜਿਹਦੇ ਕਰਕੇ ਫਿਰ ਉਹਦੇ ਬਾਰੇ ਉਹੋ ਜਿਹੀਆਂ ਪ੍ਰਚਲਿਤ ਕਹਾਣੀਆਂ ਜਿਹੜੀਆਂ ਚਲਾ ਦਿੰਦੀਆਂ। ਅਤੇ ਜਿਵੇਂ ਹੋਰਾਂ ਥਾਵਾਂ ਬਾਰੇ ਹੁੰਦਾ ਵੀ ਇੱਥੇ ਜੀ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ, ਆ ਜਾਓ ਇੱਥੇ ਹੁੰਦੀਆਂ, ਆ ਜਾਓ, ਉਵੇਂ ਲੋਕ ਉੱਥੇ ਜਾਣ ਲੱਗ ਗਏ, ਜਿਹੜੀ ਗੱਲ ਜਿਹੜੀ ਕੰਮ ਲਈ ਬੰਦਾ ਯਤਨ ਸਾਰੀ ਜ਼ਿੰਦਗੀ ਕਰਦਾ ਰਹਿੰਦਾ, ਉਹ ਓਹੜ ਪੋਹੜ ਵੀ ਕਰਦਾ ਰਹਿੰਦਾ, ਯਤਨ ਵੀ ਕਰਦਾ ਰਹਿੰਦਾ, ਜਿਹੜੇ ਲਾਸਟ ਯਤਨ ਨਾਲ ਕੰਮ ਹੋ ਜਾਂਦਾ ਉਹ ਲਾਸਟ ਓਹੜ ਪੋਹੜ ਨਾਲ ਜੁੜ ਜਾਂਦਾ। ਬਿਲਕੁਲ, ਇੰਨੀ ਗੱਲ ਹੈ। ਅੱਛਾ, ਆਪਾਂ ਗੱਲਾਂ ਬਾਤਾਂ ਜਿਹੜੀਆਂ ਭੂਤਾਂ 'ਤੇ ਬਹੁਤ ਸਾਰੀਆਂ ਕੀਤੀਆਂ ਨੇ ਮਾਸਟਰ ਜੀ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਮੇਰੇ ਖਿਆਲ ਜੇ ਇਸ ਵਿਸ਼ੇ 'ਤੇ ਹੋਰ ਕਰੀ ਜਾਈਏ ਤਾਂ ਬੜੀਆਂ ਕਰਨ ਯੋਗ ਹੋਣਗੀਆਂ। ਮੈਂ ਤੁਹਾਡਾ ਕੋਈ ਤਜਰਬਾ ਜਾਣਨਾ ਚਾਹੁੰਦਾ ਬਈ, ਕੋਈ ਅਜਿਹਾ ਮੌਕਾ ਆਇਆ ਹੋਵੇ ਵੀ ਜਦੋਂ ਬੜੀ ਜ਼ਬਰਦਸਤ ਕਿਸੇ ਪਰਿਵਾਰ ਦੇ ਵਿੱਚ ਕਿਸੇ ਬੰਦੇ ਦੇ ਵਿੱਚ ਭੂਤ ਟੱਕਰੀ ਹੋਵੇ, ਅਤੇ ਤੁਹਾਨੂੰ ਵੀ ਥੋੜ੍ਹਾ, ਵੈਸੇ ਤਾਂ ਮੈਨੂੰ ਪਤਾ ਤਰਕਸ਼ੀ ਸੁਸਾਇਟੀ ਆ ਜਿਹੜੀ ਦਰਸ਼ਕ ਜਾਣਦੇ ਨੇ ਹਰ ਮਸਲੇ ਦਾ ਹੱਲ ਬੜੀ ਜਲਦੀ ਕੱਢ ਲੈਂਦੀ ਆ, ਤੁਹਾਡੇ ਕੋਲ ਲੌਜਿਕ ਨੇ ਕਿਉਂਕਿ ਤੁਹਾਡੇ ਲਈ ਤਾਂ ਭੂਤ ਆ ਜਿਹੜੀ ਉਹ ਇੱਕ ਮਿੱਤਰ ਦੇ ਸਮਾਨ ਹੈਗੀ, ਅਤੇ ਤੁਸੀਂ ਉਹ ਪਰਿਵਾਰ ਦੇ ਵਿੱਚੋਂ ਜਿਹੜਾ ਭੂਤ ਵਾਲਾ ਮੈਂਬਰ ਆ ਸਭ ਤੋਂ ਪਹਿਲਾਂ ਮਿੱਤਰ ਬਣਾ ਲੈਂਦੇ ਹੋ, ਕਿਉਂਕਿ ਉਹਦਾ ਹੀ ਤੁਸੀਂ ਪਰਦਾ ਨਹੀਂ ਖੋਲ੍ਹਦੇ ਦੂਸਰਿਆਂ ਦੇ ਸਾਹਮਣੇ ਵੀ ਕਿਉਂ ਉਹ ਕਰ ਰਿਹਾ ਹੁੰਦਾ। ਅਤੇ ਇਹ ਜਿਹੜਾ ਪਰਿਵਾਰਾਂ ਦੇ ਵਿੱਚ ਇਹ ਭੂਤਾਂ ਦਾ ਆਉਣਾ, ਜਾਂ ਜਿਵੇਂ ਆਮ ਪਰਿਵਾਰਾਂ ਦੇ ਵਿੱਚ ਜ਼ਿਆਦਾ ਆਪਾਂ ਵੇਖਦੇ ਹਾਂ ਪੇਂਡੂ ਜਾਂ ਸ਼ਹਿਰੀ ਤਬਕੇ
मामला तो यह है कि हुण तो कोई ये औकड़ नहीं आई, शुरू च आउंदियां जिवें कह लो तजर्बा कोई नहीं सी, कोई कोर्स कोई नहीं सी। जिवें मान लो मैं थोनों एक घटना सुनावा, एक शहर दी ना नहीं लवांगे, उस परिवार तक चली जाती गल 1985 की हो सकती है, 84 च सोसाइटी बनती है, 85 की घर दे विच फ्रिज चो दुध गायब हो जाता है। अच्छा, जिंदा ला के भी रखते हैं, मिण के रखते हैं, घट जाता कई बार सारा भी लगभग भी, जो अद्धा किलो रखा तो अद्धा किलो के चलिया गया, जो वाधा किलो आता अद्धा किलो चलिया गया, जो पाइया घट गया होर घट गया। हुण आपां नूं आत्म विश्वास कि ऐ हो नहीं सकता, पर सारे पक्ष जिहड़े हुंदे आ उह नहीं करदे, सारी पड़ताल पड़तूल करदे आ। जॉइंट फैमिली है, तीन भरा ने, उन्हां दी वाइफ ने, उन्हां दे बच्चे आ, सारा कुछ है। होया ये भी राखी बह गए, राखी आए बह गए भी जिहड़े बंदे बारे सानूं यह सी भी ये नहीं कर सकता, ला के तो दसता भी भाई चाबी साढ़े कोल है, जे कोई लोड़ हो आही व्यक्ति साढ़े कोल आवे। लगभग रात के 10:30 आए, कहिंदे जी करके बच्चा रोंदा, दुध कढ के थोड़ा जिहा देना है। अच्छा, चाबी दित्ती ते उहने आपदा दुध कढ़िया ते चाबी सानूं फड़ा गया। सवेरे देखिया जिहड़ा दुध भूत दे पीण नूं रख्या सी उह वी है नहीं, उह वी है नहीं। अच्छा, फिर दिमाग ने एक सबक सीख्या जिहड़ा अज तक कम करदा कि तुहाडा जे कोई सका भी है ना तो विश्वास कोई नहीं करदा कि कौन करदा। एट दी एंड असी जिहड़ा उहदा एंड लभिया जिहदे सानूं सब तो वध विश्वास सी कि इह नहीं करदा ते उही करदा, उही निकलिया। जानी इस तरह की गल तां आपां कह सकदे हां भी आई पेचीदा हो गई, जां फिर इह हुंदा जे परिवार कोऑपरेट ना करे। साडा मकसद असी इह नहीं कहिंदे कि असी हल करन वाले, असी माहर एक्सपर्ट हां, साडा कम गाइड करना है। असी कारण लभदे हां, असी परिवार नूं सुझा दिंदे आ कि आह गल तुहाडे घर च ऐं करन वाली है, जे उह परिवार कोऑपरेट करदा है ते उह मसला हल हो जांदा। ते इक गल जिहड़ी असी होर वड्डी इह समझदे आ, जिवें किसे घर च अग लगदी आ, इट्टां रोड़े वजदे आ, कुछ भी इहो जिहा हुंदा, जिवें ऐं कह लो भी इह दुध भी पींदा सी, तां इह साडी धारणा है कि मुख दोषी उह नहीं हुंदा जिहड़ा अग लाउंदा, जिहड़ा खून सड़दा, जिहड़ा इट्टां वट्टे सड़दा, जिहड़ा दुध पींदा। मुख दोषी उस परिवार का वातावरण है कि उस वातावरण चो उन्हें इन्नी घुटना है कि वो कोई जायज गल भी कोई सुन नहीं रहा। जो जायज नहीं सुन रहा फिर वो मन से बोझ पैंदा, मन खंडा का शिकार होंदा, तो खंडा का शिकार होया मन सानू पता खुदकशी भी कर जाता। ये कम उदू पहले दे छोटे छोटे भी बई घर च ध्यान दिता जाए। मास्टर जी, एक घटना जी मेरे मन च आ रही है याद, मैं सोचा कि तुहाडे नाल भी कर लिए। दर्शकों ने एक बार मैनू किसी दर्शकों के विचों ही पता लग्या सी, कनेडा की घटना गी, इह मुंडा एक ट्रक चलाउंदा सी, जिवें उधर वड्डे ट्रक ने जिहड़े चला रहे ने, उह कहिंदा भी रात नूं असीं एक जगह ते ट्रक रोकिया, कनेडा दा एरिया बड़ा लंबा चौड़ा ते किसी रूही बियाबान दे विच उहनां ने रोकिया। उह कहिंदा भी मैं विच पैण दी बजाए थोड़ा सोचा ता मौसम ठीक है ताज़ी हवा लै लईए, मैं बाहर पै गया तो रात को मैंने पए पए में इदा लग्या जिम्मे मैंने चाके किसी ने थले सीटिया हों। यही सेम घटना एक पिंड के किसान की भी मेरे सामने आई सी। वो कहिंदा भी रात को मैं कस्सी दी पानी का जिहड़ा उबारी ला रहा सी, उस वक्त मैं नक्का मोड़ के आके पै गया जिहड़ी कस्सी दे सूए दे उपर ही नेड़े किते खेत दे नाल ही लंघदा सी। तां मैनूं रात नूं 2-3 बजे दे इह घटनावां मेरा ख्याल 2-3 बजे अद्धी रात तों बाद ही हुंदियां, वैसे तां कदों भी हो सकदी आ पर गूढ़ी नींद च हुंदियां, जिहड़ी मेरे ध्यान च आई आ गूढ़ी नींद च हुंदियां। हां, तुसीं जिवें कह रहे हो, उह कहिंदा मैनूं भी चाके सिट्टिया ते मैं भज के घरे आया भी मैनूं तां किसे ने मार देना सी। इह कोई बंदे दी हरकत हुंदी आ जां सचमुच कोई भूत छेड़दी आ? ये साढ़े मन के कॉन्शियस माइंड के पिया जो कुछ असं सुनते करते हैं, वह बंदे मन च एक तो डर पिया कि तू खेत पानी लाने आया हो, तू कल्ला सौ तो गया पर तेरा पानी पिछे भी कोई हो सकता, होर भी वाधा घाटा हो सकता। मैं थोड़ा एक उदाहरण सुना, उदो सारी गल निखर जू तजर्बा साडा, उदो भी कोई नहीं, 88 या 87 की गल है, गढ़शंकर एरिए साढ़े कोल केस आउंदा, कहिंदे 81 साल का बजुर्ग है, ਉਹਦਾ ਰਾਤ ਨੂੰ 1 ਵਜੇ ਤੋਂ ਲੈ ਕੇ 2 ਵਜੇ ਤੱਕ ਮੰਜਾ ਮੂਧਾ ਵੱਜ ਜਾਂਦਾ ਸੁੱਤੇ ਸੁੱਤੇ, ਤਾਂ ਸਵੇਰੇ ਉਹਨੂੰ ਅਸੀਂ ਬਿਸਤਰੇ ਥੱਲਿਓਂ ਕੱਢਦੇ ਹਾਂ। ਅੱਛਾ, ਮੇਰਾ ਖਿਆਲ ਲਗਭਗ ਇਹਦੇ ਨਾਲ ਜੁੜ ਜੂਗਾ। ਜੀ 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 ਅਤੇ ਯਾਰ ਹੁਣ ਤਾਂ ਸਾਨੂੰ ਜਦੋਂ ਕੋਈ ਆ ਕੇ ਦੱਸਦਾ ਨਾ, ਜਦੋਂ ਅਸੀਂ ਸਟੋਰੀ ਪੁੱਛਦੇ ਹਾਂ ਸਾਨੂੰ ਪਤਾ ਲੱਗ ਜਾਂਦਾ ਵੀ ਆਹ ਪ੍ਰੋਬਲਮ ਹੈ, ਇਹਦਾ ਹੱਲ ਕਰਨਾ ਪਊਗਾ ਅਤੇ ਜਾਣਾ ਵੀ ਪਊਗਾ, ਜਾਂ ਸੱਦ ਲੈਂਦੇ ਜੇ ਸੱਦ ਕੇ ਕਰਨਾ। ਜੀ 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 ਸਾਡੀ ਟੀਮ ਗਈ, ਅਸੀਂ ਰਾਤ ਨੂੰ ਪਹਿਰੇ ਲਾ ਲਏ, ਉਦੋਂ ਇੰਨੀ ਸਾਡਾ ਤਰੀਕਾ ਹੀ ਇਹ ਹੁੰਦਾ ਸੀ, ਪਹਿਰੇ ਲਾ ਕੇ ਅਸੀਂ 4 ਜਣੇ ਸੀ, ਮੈਨੂੰ ਅੱਜ ਵੀ ਯਾਦ ਆ, ਸਾਰੀ ਰਾਤ ਜਾਗਦੇ ਰਹੇ, ਸਾਰੀ ਰਾਤ ਦਾ ਭਾਵ ਜਿੰਨਾ ਚਿਰ ਮੰਜਾ ਨਹੀਂ ਮੁੱਧਾ ਵੱਜਿਆ। ਲਗਭਗ 1:25 ਹੋਏ ਹੋਣਗੇ, ਉਹ 80 ਸਾਲਾ ਬਜ਼ੁਰਗ ਉੱਠਿਆ, ਉੱਠਣ ਤੋਂ ਬਾਅਦ ਉਹ ਪਾਸੇ 'ਤੇ
ਉਹਨੇ ਜਾ ਕੇ ਮੰਜੇ ਨੂੰ ਟੇਢਾ ਕੀਤਾ ਜੀ, ਉਹਦੇ ਥੱਲੇ ਪਿਆ, ਉਦੋਂ ਬਾਅਦ ਉਹਨੇ ਮੰਜਾ ਦੇ ਉੱਤੇ ਮੁੱਧਾ ਮਾਰ ਲਿਆ। ਅੱਛਾ, ਅਸੀਂ ਉਹਨੂੰ ਕੁਛ ਨਹੀਂ ਕਿਹਾ, ਸਾਨੂੰ ਇਹ ਪਤਾ ਲੱਗ ਗਿਆ ਵੀ ਇਹ ਕਿਰਿਆ ਆਪੇ ਹੋ ਰਹੀ, ਆਪੇ ਹੋ ਰਹੀ। ਉਸ ਤੋਂ ਬਾਅਦ ਸਵੇਰੇ ਉੱਠਿਆ, ਅਸੀਂ ਉਹਨੂੰ ਪੁੱਛਿਆ ਵੀ ਤੇਰਾ ਮੰਜਾ ਮੂੰਹ ਤਾਂ ਕਿਵੇਂ ਵੱਜਿਆ, ਕਿਹਨੇ ਮਾਰਿਆ ਜੀ? ਕਹਿੰਦਾ ਸੱਚ ਪੁੱਛਦੇ ਹਾਂ ਅਸੀਂ। ਹਾਂ, ਸੱਚ ਦੱਸੇਗਾ ਤਾਂ ਹੱਲ ਵੀ ਕਰਕੇ ਜਾਵਾਂਗੇ। ਕਹਿੰਦਾ ਇਹ ਸਹੀ ਗੱਲ ਇਹ ਆ, ਮੈਂ 1947 'ਚ ਫੌਜ 'ਚ। ਅੱਛਾ, ਅਤੇ ਕਹਿੰਦਾ ਮੈਂ ਬਹੁਤ ਫੌਜੀ ਵੱਡੇ, ਉਦੋਂ ਮੁਸਲੇ ਵੱਡੇ, ਉਹਦੇ ਸ਼ਬਦ ਉਹਨੇ ਮੁਸਲੇ ਵਰਤਿਆ ਉਹਨਾਂ ਇਨਸਾਨਾਂ ਵਾਸਤੇ, ਬਹੁਤ ਮੁਸਲੇ ਵੱਡੇ। ਫਿਰ ਮੈਂ ਕਿਹਾ ਹੁਣ ਹੁਣ? ਕਹਿੰਦਾ ਸਾਰੇ ਮੇਰੇ ਆਲੇ ਦੁਆਲੇ ਆ ਕੇ ਖੜ ਜਾਂਦੇ ਵੀ ਆ ਜਾ, ਹੁਣ ਤੇਰੀ ਵਾਰੀ ਆ, ਤੇਰੇ ਨਾਲ ਨਿਬੜਾਂਗੇ। ਇੱਕ ਪਸ਼ਚਾਤਾਪ ਹੈ ਕਿ ਉਹ ਤੂੰ ਕਿਉਂ ਕੀਤਾ, ਉਹ ਤੂੰ ਕਿਉਂ ਵੱਡੇ ਆ ਗਈ ਗੱਲ ਸਾਡੇ ਕੋਲ ਵੀ ਕਿਉਂ ਆ। ਅਸੀਂ ਫਿਰ ਦੂਜੇ ਦਿਨ ਉਹਦਾ ਇੰਤਜ਼ਾਮ ਕੀਤਾ, ਉਹਨੂੰ ਫਿਕਸ ਡਬਲ ਬੈੱਡ 'ਤੇ ਪਾਤਾ। ਉਹਨੇ ਕਿਰਿਆ ਉਹੀ ਕੀਤੀ ਪਰ ਡਬਲ ਬੈੱਡ ਸੀ, ਫਿਕਸ ਸੀ, ਉਹਨੇ ਉੱਠਣਾ ਨਹੀਂ ਸੀ। ਜਦੋਂ ਉਹਨੂੰ ਹਲੂਣਿਆ, ਜਗਾਇਆ, ਉਹ ਕਹਿੰਦਾ ਕੀ ਹੋ ਗਿਆ? ਅਸੀਂ ਆਖ ਕੁਛ ਨਹੀਂ, ਅੱਜ ਤੋਂ ਬਾਅਦ ਤੂੰ ਉੱਠੇਗਾ ਨਹੀਂ। ਉਹਨੂੰ ਸਮੋਹ ਨੀਂਦ ਦੇ ਜ਼ਰੀਏ ਸੁਝਾਅ ਦਿੱਤੇ, ਫਿਰ ਉਹਨੂੰ ਦੱਸਿਆ ਵੀ ਗੱਲ ਤੇਰੀ ਬਹੁਤ ਮਾੜੀ ਆ ਜਿਹੜੀ ਤੂੰ ਕੀਤੀ ਹੈ, ਪਰ ਇਹ ਗੱਲ ਹੁਣ ਤੂੰ ਐਂ ਛੱਡ ਦੇ, ਪਸ਼ਚਾਤਾਪ ਤੇਰਾ ਇਹੀ ਆ ਵੀ ਅੱਜ ਤੋਂ ਬਾਅਦ ਜਿੰਨਾ ਚਿਰ ਤੂੰ ਜਿਉਣਾ, ਜਿਹੜਾ ਵੀ ਤੈਨੂੰ ਕੋਈ ਲੋੜਵੰਦ ਮਿਲਦਾ, ਉਹ ਮੁਸਲਮਾਨ ਵੀ ਹੋ ਸਕਦਾ, ਦੂਜਾ ਵੀ ਹੋ ਸਕਦਾ, ਤੂੰ ਉਹਦੀ ਮਦਦ ਕਰ, ਮਦਦ ਕਰ। ਉਹਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਦੇ ਮਨ ਨੂੰ ਥੋੜ੍ਹਾ ਸਕੂਨ ਮਿਲਿਆ। ਇਹ ਤੋਂ ਆਪਾਂ ਸਮਝ ਸਕਦੇ ਹਾਂ ਕਿ ਇਹੋ ਜਿਹੀ ਸਥਿਤੀ ਕਦੋਂ ਪੈਦਾ ਹੋ ਸਕਦੀ। ਜਿਵੇਂ ਆਪਾਂ ਕਈ ਵਾਰੀ ਵੈਸੇ ਹੀ ਸੁਣਦੇ ਹਾਂ ਵੀ ਫਲਾਣਾ ਬੰਦਾ ਨਾ ਰਾਤ ਨੂੰ ਉੱਠ ਕੇ ਸੁੱਤਾ ਪਿਆ ਤੁਰ ਪੈਂਦਾ, ਕਈਆਂ ਦੇ ਤਾਂ ਸਾਡੇ ਕੋਲ ਵੀ ਆਉਂਦੇ ਆ, ਕਈਆਂ ਦੇ ਵੀ ਲੱਤ ਨੂੰ ਸੰਗਲ ਲਾ ਕੇ ਪੈਣਾ ਪੈਂਦਾ ਵੀ ਰਾਤ ਨੂੰ ਉੱਠ ਕੇ ਕਿਤੇ ਕੋਠੇ 'ਤੇ ਪਏ ਆ, ਡਿੱਗਣਾ ਪਵੇ। ਆਪਾਂ ਕਰਾਂਗੇ ਗੱਲ ਅਗਲੇ ਪ੍ਰੋਗਰਾਮ ਜੀ। ਅਤੇ ਉਹ ਹੁੰਦਾ, ਉਹਦਾ ਮਤਲਬ ਇਹ ਹੈ ਕਿ ਸਾਡਾ ਸਬਕੌਂਸ਼ੀਅਸ ਮਾਈਂਡ ਐਕਟਿਵ ਹੋ ਜਾਂਦਾ, ਉਦੋਂ ਨੁਕਸਾਨ ਕੋਈ ਨਹੀਂ ਹੁੰਦਾ, ਕਿਉਂਕਿ ਉਹ ਇੰਨਾ ਐਕਟਿਵ ਹੁੰਦਾ ਵੀ ਜੇ ਕੋਠੇ 'ਤੇ ਪਿਆ ਤਾਂ ਡਿੱਗੂਗਾ ਨਹੀਂ, ਪੌੜੀਆਂ ਥੱਲੇ ਦੀ ਉਤਰੂਗਾ, ਉੱਧਰ 'ਤੇ ਆਊਗਾ। ਅਤੇ ਉਹ ਜਦੋਂ ਹੁੰਦਾ, ਜੇ ਤੁਸੀਂ ਉਹਨੂੰ ਸਵੇਰੇ ਪੁੱਛੋਗੇ ਵੀ ਤੂੰ ਰਾਤ ਉੱਠਿਆ ਸੀ ਅਤੇ ਐਂ ਹੋਇਆ, ਉਹ ਕੋਈ ਨਹੀਂ, ਮੈਨੂੰ ਨਹੀਂ ਪਤਾ। ਅੱਛਾ, ਉਹਨੂੰ ਕੁਛ ਨਹੀਂ ਪਤਾ ਹੁੰਦਾ, ਕੌਨਸ਼ੀਅਸ ਮਾਈਂਡ ਨੂੰ ਕੋਈ ਮੈਸੇਜ ਨਹੀਂ ਗਿਆ। ਸੋ ਇਹ ਸਥਿਤੀਆਂ ਇਹੋ ਜਿਹੀਆਂ ਆਉਂਦੀਆਂ ਰਹਿੰਦੀਆਂ, ਪਰ ਅਫਸੋਸ ਇਸ ਗੱਲ ਦੀ ਹੈ ਵਿਗਿਆਨਿਕ ਦ੍ਰਿਸ਼ਟੀਕੋਣ ਦੀ ਸਾਰੀ ਘਾਟ ਆ। ਇਹ ਕਹਿਣ ਵਾਲੇ ਤਾਂ ਹੋ ਜਾਂਦੇ ਆ ਵੀ ਇਹੋ ਜਿਹੀ ਗੱਲ ਕਦੇ ਮੈਂ ਵੀ ਸੁਣੀ ਸੀ, ਮੈਂ ਵੀ ਵੇਖੀ ਸੀ, ਐਂ ਨਹੀਂ ਕਹਿੰਦਾ। ਜਾਂ ਮੀਡੀਆ 'ਚ ਵੀ ਜਦੋਂ ਜਾਂਦੀ ਹੈ ਗੱਲ, ਸਾਨੂੰ ਇਸ ਗੱਲ 'ਤੇ ਬੜਾ ਤਿੱਖਾ ਕਿੰਤੂ ਆ, ਰੋਸ ਹੈ ਮੀਡੀਆ 'ਚ ਨੂੰ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਤੁਹਾਡੇ ਕੋਲ ਕੋਈ ਗੱਲ ਇਹੋ ਜਿਹੀ ਆ ਗਈ, ਇੱਕ ਕੰਮ ਤਾਂ ਕਰ ਲਓ ਨਾ। ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਤਰਕਸ਼ੀਲ ਸੁਸਾਇਟੀ ਵੀ ਨੋਨ ਹੈ ਵੀ ਯਾਰ ਤੁਸੀਂ ਪੁੱਛ ਤਾਂ ਲਓ ਵੀ ਇਹ ਗੱਲ ਪੋਸੀਬਲ ਹੈ, ਸੰਭਵ ਹੈ, ਹੋ ਸਕਦੀ ਹੈ, ਜੇ ਨਹੀਂ ਹੋ ਸਕਦੀ ਤਾਂ ਇਹ ਕਿਵੇਂ ਹੋਈ, ਤਾਂ ਕਿ ਅਸੀਂ ਜੋ ਅੱਜ ਤੱਕ ਦਾ ਗਿਆਨ ਹੈ ਉਹ ਕੁਛ ਤਾਂ ਲੋਕਾਂ ਨੂੰ ਦੱਸ ਸਕੀਏ। ਸੋ ਜੇ ਇਹ ਵੀ ਫਰਜ਼ ਨਿਭਾਉਣਾ ਸ਼ੁਰੂ ਹੋ ਜੇ ਸਾਰਿਆਂ ਵੱਲੋਂ, ਤਾਂ ਮੈਨੂੰ ਲੱਗਦੀ ਆ ਆਪਾਂ ਬਹੁਤ ਛੇਤੀ ਇਹ ਗੱਲਾਂ ਸਮਾਜ 'ਚੋਂ ਕੱਢਣ ਨੂੰ ਜਾਂ ਭੂਤ ਰਹਿਤ ਸੰਸਾਰ ਸਿਰਜਣ 'ਚ ਕਾਮਯਾਬ ਹੋ ਜਾਵਾਂਗੇ। ਦੋਸਤੋ, ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਢੇਰ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਮਾਸਟਰ ਰਜਿੰਦਰ ਭਦੌੜ ਜੀ, ਬਹੁਤ ਸਤਿਕਾਰਯੋਗ ਸ਼ਖਸੀਅਤ ਨੇ। ਉਮੀਦ ਹੈ ਅੱਜ ਦੇ ਇਸ ਪ੍ਰੋਗਰਾਮ ਨੂੰ ਡੇਲੀ ਵਾਜ 'ਤੇ ਵੇਖਣ ਸੁਣਨ ਤੋਂ ਬਾਅਦ ਤੁਸੀਂ ਜਿਹੜਾ ਭੂਤਾਂ ਵਾਲੇ ਜੰਜਾਲ ਤੋਂ ਥੋੜ੍ਹਾ ਬਹੁਤਾ ਮੁਕਤ ਹੋ ਜਾਓਗੇ। ਉਮੀਦ ਕਰਾਂਗੇ ਅਸੀਂ ਇਹਨਾਂ ਦੇ ਨਾਲ ਇਸੇ ਤਰ੍ਹਾਂ ਜੁੜਦੇ ਰਹਾਂਗੇ, ਇੱਕ ਹੋਰ ਪ੍ਰੋਗਰਾਮ ਲੈ ਕੇ ਬਹੁਤ ਜਲਦੀ ਤੁਹਾਡੇ ਨਾਲ ਮਾਸਟਰ ਰਜਿੰਦਰ ਭਦੌੜ ਜੀ ਹੁਣਾਂ ਦੀ ਜਿਹੜੀ ਸਾਂਝ ਪਵਾਵਾਂਗੇ। ਤਦ ਤੱਕ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।